एंड वी आर लाइव बट आई डोंट नो वाई मेरा आईपैड उठा रहा है। What the f is wrong with this? Oh yeah, now it's fine. I hope I could do this. I mean, ID password ਭਾਜੀ ਤੁਸੀਂ stream ਤੋਂ ਚੱਕ ਸਕਦੇ ਨਹੀਂ ਤਾਂ group ਦੇ ਵਿੱਚ ਹੈਗਾ। I think I should hide somehow password. So welcome back guys. How are you? आया कि नहीं कोई? I don't know yet. अभी तो नहीं पता। भी तो नहीं पता स्ट्रीम पे आया है कि नहीं कोई। कम टू द स्ट्रीम गाइस। आई डोंट नो मैं कदा देखा हाउ मेनी पीपल आर वॉचिंग। एंड आई कैन सी एन आर आई पब्ले असम। Fanatic, oh, Saksham OP, Saksham OP, OP bro, OP, Team Fanatic आ चुके हैं, पिंड वाला गेमर, ये फाइनल मैच बोलते, पाजी मैंनू पता नहीं, मैंनू बस स्ट्रीम करने गया गया, सांबा आज थोड़े बिजी ने ते, आज स्ट्रीम गुरु जी कर रहे ने, आई होप मेरी आवाज आ रही है, इफ नहीं जड़े देख रहे ने, प्लीज कंफर्म कर दो। होपफुली आ रही चाहिए ब्रो। डाकुआ का मुंडा, हाँ जी डाकुआ का मुंडा भाजी। आई डी पास सामने आ स्ट्रीम ते। सांबा कनकरर पुशिंग बोलते, हाँ जी भाजी लग जाना शायद अज ओ कनकरर, कल भी लग सकता, नहीं शायद परसों लग सकता सी बट उन्होंने ब्रेक ला ली, तो नो प्रॉब्लम ला देना जल्दी। रैंक उदा आई थिंक 1000 समथिंग आ, पहुंचना जल्दी। ही इज डूइंग ग्रेट। सैनी भाजी भी आ गए, सो ही एन आर आई बबली, सो ही ऑसम ऑसम। ओनली भाजी आई डी पार्सल फंड नू मिलना सिर्फ भाजी। भाजी मैं चीमे भाजी नू कल ताया ते भाजी देख लेंगे मतलब किना किना देना। आई थॉट स्ट्रीम ते मैं किसी तरह हाइड कर सका बट मैनू लब्भा नहीं, वे नहीं लब्भा चीमा या मैं, ओ सॉरी लोल मैनू पता नहीं भाजी, सांबे भाजी तू फोन करके पूछ लो, सो सॉरी। आई थिंक दे एडेड मी इन अ ग्रुप एंड उत्ते पासवर्ड आई डी पासवर्ड देता कि नहीं, लेट मी चेक। हाँ जी भाजी ने आई डी पासवर्ड देता उत्ते जेडे ग्रुप विच मैंने ऐड किया ही। नो नो जी माया मैं, नो नो की भाजी, नो 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 ब्रो। एन आर आई गब्बर वेलकम टू द स्ट्रीम। जेडे पांच लोग देख रहे हैं लाइक एंड जे सब नहीं किया सब कर दो प्लीज। आप सांबे भाजी का चैनल जल्दी जल्दी आप लेके जाना, एडी टूर्नामेंट होस्ट करते रहेंगे। डाकुआ का मुंडा आई डी पास,
ਭਾਜੀ ਆਈਡੀ ਪਾਸ ਤਾਂ ਹੁਣ ਤਾਂ ਮੈਨੂੰ ਪਤਾ ਨਹੀਂ ਤੁਹਾਨੂੰ ਦੇਣਾ ਕਿ ਨਹੀਂ, ਵੈਸੇ ਸਟ੍ਰੀਮ ਤੇ ਹੈਗਾ, ਜੇ ਕਾਪੀ ਕਰਨਾ ਤਾਂ ਕਰ ਲਓ। ਓਨਲੀ ਫਾਈਨਲ ਟੀਮਸ ਦਾ ਕਸਟਮ ਆ ਭਾਈ ਜੀ। ਹਾਂਜੀ ਫਾਈਨਲ ਟੀਮਸ ਓਨਲੀ, ਸੋ ਫਸਟ 16 ਸਲੋਟਸ ਓਨਲੀ, ਬਾਕੀ ਦੇ ਟੀਮ ਆਪਾਂ ਕਿੱਕ ਕਰ ਦੇਣੀਆਂ 16 ਤੋਂ ਬਾਅਦ। ਅਤੇ ਜੇ ਕਿਸੇ ਟੀਮ ਦੇ ਵਿੱਚ ਕੋਈ ਰੈਂਡਮ ਬੰਦਾ ਆ ਕੇ ਬੈਠ ਜਾਂਦਾ ਤਾਂ DM ਈ, ਬਿਕੋਜ਼ ਵਟਸਐਪ ਗਰੁੱਪ ਦੇ ਵਿੱਚੋਂ ਤੁਸੀਂ ਮੇਰਾ ਨੰਬਰ ਚੱਕ ਸਕਦੇ ਹਾਂ, ਗੁਰੂ NRI, ਗੁਰੂ ਵਾਲੀ ਫੋਟੋ ਲੱਗੀ ਹੋਣੀ, ਦਿਸ ਲੋਗੋ। ਹੋਪਫੁਲੀ ਦ ਕੁਆਲਿਟੀ ਇਜ਼ ਗੁੱਡ। ਓਕੇ ਟੀਮਸ ਆਰ ਕਮਿੰਗ ਇਨ, ਜਲਦੀ ਜਲਦੀ ਆ ਜਾਓ, ਟੀਮਸ ਨੂੰ ਬੇਨਤੀ ਹੈ ਜਲਦੀ ਜਲਦੀ। ਟੀਮਸ ਪ੍ਰੋ ਪ੍ਰੋ, ਹਾਂਜੀ ਭਾਜੀ ਡਾਕੂਆਂ ਦਾ ਮੁੰਡਾ, ਭਾਜੀ ਡਾਕੂਆਂ ਦਾ ਮੁੰਡਾ RPG, RPG ਵਨੀਤ, ਈਵਲ ਫੋਹਰਾ, ਈਵਲ ਟੀਮ ਪੂਰੀ ਹੈ ਬਈ, ਕੁਡੋਸ ਟੂ ਦ ਟੀਮ ਜੋ ਟਾਈਮ ਤੇ ਆ ਗਈ, ਕੁਡੋਸ। RPG ਦੀ ਟੀਮ ਵੀ ਕਿਤੇ ਨੀਅਰਲੀ ਫੁੱਲ ਆ, ਬਾਕੀ ਟੀਮਸ ਨੂੰ ਵੀ ਰਿਕੁਐਸਟ ਆ ਭਾਜੀ ਜਲਦੀ ਜਲਦੀ ਆ ਜਾਓ। ਸੋਲ ਰੇਡੀਏਟਰ, ਸੋਲ ਰੇਡੀਏਟਰ ਵੈਲਕਮ। ਟੀਮਸ ਨੂੰ ਰਿਕੁਐਸਟ ਆ ਜਲਦੀ ਜਲਦੀ ਰੂਮ ਵਿੱਚ ਆ ਜਾਣ, ਮੇਰਾ ਸਾਲਾ ਡਿਸਲਾਈਕ ਵਾਲਾ ਖੜਾ ਆ। ਹੈ ਆ ਮੇਰਾ ਡਿਸਲਾਈਕ ਵਾਲਾ ਕਿਹੜਾ ਆ ਪਤਾ ਨਹੀਂ ਭਰਾਵਾ, ਚੱਲ ਕੋਈ ਨਾ, ਜਿਹੜਾ ਵੀ ਹੈਗਾ ਖੁਸ਼ ਰਵੇ ਬੰਦਾ ਡਿਸਲਾਈਕ ਕਰਕੇ ਵੀ, ਆਪਾਂ ਕਿਸੇ ਨੂੰ ਕਿਉਂ ਬੁਰਾ ਕਹਿਣਾ। ਥੈਂਕਸ ਫੋਰ ਦਾ ਲਾਈਕ ਬ੍ਰਦਰ, ਜਿਹਨੇ ਵੀ ਕੀਤਾ। ਦੋ ਲਾਈਕ ਹੋ ਗਿਆ, 9:20 ਤੇ ਸ਼ੁਰੂ ਹੋਣਾ। ਹਾਂਜੀ ਭਾਜੀ 9:20 ਤੇ ਆਪਾਂ ਸ਼ੁਰੂ ਕਰ ਦਾਂਗੇ, ਟੀਮਸ ਜਲਦੀ ਜਲਦੀ ਆ ਜਾਓ, ਜਿਹੜੀ ਵੀ ਟੀਮ ਆ ਜਿੱਥੇ ਵੀ ਆ ਆਪਣੇ ਆਪਣੇ ਸਲੋਟ ਦੇ ਵਿੱਚ ਆ ਕੇ ਬੈਠ ਜਾਣ ਤਾਂ ਵਧੀਆ। ਆਈ ਵਿਲ ਹੈਵ ਅ ਪੀਕ ਔਨ ਦਾ ਟੀਮਸ ਜਦ ਤੱਕ। ਓਕੇ ਸੋ ਫਸਟ ਟੀਮ ਵਾਸ NRI ਸੈਣੀ ਭਾਜੀ ਦੀ, ਅਤੇ ਸੈਣੀ ਭਾਜੀ ਬੈਠੇ ਨੇ, ਸੈਣੀ ਭਾਜੀ ਦੀ ਸੁੱਖ ਟੀਮ, ਬੱਪਲੀ ਸੋਹੀ ਚਾਰੋ ਸਿਰਾ ਪਲੇਅਰ। ਐਂਡ ਸੈਕਿੰਡ ਟੀਮ ਵਾਸ ਟੀਮ ਕਰੂਸ਼, ਟੀਮ ਕਰੂਸ਼ ਦੇ ਵੀ ਦੋ ਬੰਦੇ ਆ ਚੁੱਕੇ ਆ, ਵੈਲਕਮ ਗਾਈਸ, TC ਨਿੰਜਾ ਐਂਡ ਸੋਲ ਰੇਡੀਏਟਰ, ਗੁੱਡ ਲੱਕ ਗਾਈਸ। ਪੁਰਾਣਾ ਪੁਰਾਣੀ ਪਾਪੀ, ਪੁਰਾਣਾ ਪਾਪੀ ਸਮਥਿੰਗ ਲਾਈਕ ਦਿਸ, ਸੋ ਗੁੱਡ ਲੱਕ ਗਾਈਸ। ਈਵਿਲ ਦੀ ਟੀਮ ਵੀ ਪੂਰੀ ਆ, ਈਵਿਲ ਦੀ ਟੀਮ ਬਹੁਤ ਵਧੀਆ ਯਾਰ, ਸਭ ਤੋਂ ਪਹਿਲਾਂ ਪੂਰੀ ਟੀਮ ਆ ਗਈ, ਵੈਰੀ ਗੁੱਡ। ਟੀਮ ਨੰਬਰ 7 RPG ਦੀ ਟੀਮ, ਥੈਂਕ ਯੂ ਗਾਈਸ, ਤੁਸੀਂ ਵੀ ਟਾਈਮ 'ਤੇ ਆ ਗਏ, ਇਹਦੀ ਟਾਈਮ 'ਤੇ ਆਈ ਚਲੋ ਬ੍ਰੋ। TDM ਮੈਚ ਭਾਜੀ, ਦੋ ਰੂਮ ਮੈਨੂੰ ਬਣਾਉਣ ਨੂੰ ਕਿਹਾ ਸੀ, ਦੋ ਰੂਮ ਤੋਂ ਬਾਅਦ 'ਚੋਂ ਤੁਹਾਡੇ TDM ਲਵਾ ਦਿੰਦੇ ਹਾਂ, ਮਤਲਬ ਜੇ ਕੋਈ ਐਨਮੀ ਵਗੈਰਾ ਆਪਣਾ ਫਰੈਂਡ ਵਗੈਰਾ ਜਿੰਨਾ ਵੀ ਲਾਉਣਾ 1v1 ਜਾਂ ਸਕੁਆਡ ਵਰਸਸ ਸਕੁਆਡ ਲੱਭ ਲਓ, ਰੈਡੀ ਕਰ ਲਓ, ਐਂਡ ਸਟ੍ਰੀਮ ਤੇ ਹੀ ਪਾਸਵਰਡ ਹੋਊਗਾ, ਚੱਕ ਲਿਓ ਜਿੰਨਾ ਮਰਜ਼ੀ। ਚੀਮਾ ਭਾਜੀ ਵੀ ਆ ਚੁੱਕੇ ਆ ਸਟ੍ਰੀਮ ਤੋਂ ਸਿੱਧੇ ਗੇਮ ਦੇ ਵਿੱਚ, ਗੈਂਗਸਟਰ। 9 ਮਿੰਟਸ ਦੇ ਵਿੱਚ ਰੂਮ ਸਟਾਰਟ ਕਰਨ ਨੂੰ ਕਿਹਾ ਗਿਆ, ਪਲੀਜ਼ ਟੀਮਸ ਜਲਦੀ ਆ ਜਾਓ। ਐਂਡ NRI 2 ਦੀ ਟੀਮ ਹੈਗੀ ਆ, ਟੀਮ ਨੰਬਰ 9 ਸਲੋਟ 'ਚ, 9 ਸਲੋਟ 'ਚ ਨਹੀਂ ਕੋਈ NRI ਵਾਲੇ, ਉਹ ਕਿੱਥੇ ਰਹਿ ਗਏ, ਜਲਦੀ ਆ ਜਾਓ। ਟੀਮ ਨੰਬਰ 8 7 7 ਟੀਮ ਮਿਸਿੰਗ ਆ,
ਡਿੰਪਲ ਦੀ ਟੀਮ ਸੀਗੀ, ਡਿੰਪਲ ਭਾਜੀ ਇਕੱਲੇ ਬੈਠੇ ਆ। ਟੀਮ ਨੰਬਰ 15 ਹੈਗੀ ਬੀਬੀ 23 ਵਾਲੇ, ਬੀਬੀ 23 ਵਾਲੇ ਵੀ ਚੱਲ ਤਿੰਨ ਬੈਠੇ, ਬਹੁਤ ਵਧੀਆ, ਐਟਲੀਸਟ ਹਮ ਪਲੇਅਰਸ ਆ ਦੇਰ। ਮੈਂ ਤਾਂ ਕਿਸੇ ਨੂੰ ਇਨਵਾਈਟ ਵੀ ਨਹੀਂ ਕਰ ਸਕਦਾ, ਆਈ ਡੋਂਟ ਨੋ ਇਫ ਦੇ ਆਰ ਪਲੇਇੰਗ ਨਾ। ਫੋਰ ਪੀਪਲ ਵਾਚਿੰਗ, ਜਿਨ੍ਹਾਂ ਵਿੱਚੋਂ 3 ਨੇ ਲਾਈਕ ਕਰ ਦਿੱਤਾ ਹੈ, 1 ਨੇ ਡਿਸਲਾਈਕ। ਥੈਂਕ ਯੂ ਗਾਈਜ਼। ਅਤੇ ਜੇ ਕੋਈ ਨਵਾਂ ਆਇਆ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ, ਹਿੱਟ ਦਾ ਸਬਸਕ੍ਰਾਈਬ ਬਟਨ। ਐਂਡ ਆਪਾਂ ਫਨ ਲਈ ਵੀ ਰੂਮਸ ਬਣਾਇਆ ਕਰਾਂਗੇ ਸੂਨਰ ਔਰ ਲੇਟਰ, ਮਤਲਬ ਜਦੋਂ ਟੂਰਨਾਮੈਂਟ ਓਵਰ ਹੋ ਗਿਆ। ਸੋ ਹਿੱਟ ਦਾ ਸਬਸਕ੍ਰਾਈਬ ਬਟਨ ਐਂਡ ਬੈਲ ਆਈਕਨ, ਮੈਂ ਖੁਦ ਦਬਾਇਆ ਹੋਇਆ। ਓਕੇ, ਦਿਸ ਇਜ਼ ਨੋਟ ਮਾਈ ਚੈਨਲ ਬਟ ਸਟਿਲ ਆਈ ਲਵ ਇਟ। ਓਕੇ, NRI ਗੱਬਰ ਆ ਚੁੱਕੇ ਨੇ ਟੀਮ ਨੰਬਰ 9 ਦੇ। ਸੋ NRI 2 ਦੀ ਟੀਮ ਦੇ ਵਿੱਚੋਂ ਇੱਕ ਬੰਦਾ ਆ ਚੁੱਕਾ ਹੈ। ਥੈਂਕ ਯੂ, ਥੈਂਕ ਯੂ। 7 ਬੰਦੇ ਹੋਰ, ਵੀ ਆਰ ਵੇਟਿੰਗ ਫੋਰ, ਸੋਰੀ 7 ਮਿਨਟਸ ਮੋਰ, 7 ਮਿੰਟ ਬਾਅਦ ਟੂਰਨਾਮੈਂਟ ਸਟਾਰਟ ਕਰਾਂਗੇ। ਜੇ ਕਿਸੇ ਦੀ ਟੀਮ ਦੇ ਵਿੱਚ ਕੋਈ ਬੰਦਾ ਗਲਤ ਆ ਤਾਂ DME, ਮਤਲਬ ਕੋਈ ਰੈਂਡਮ ਬੰਦਾ ਆ ਕੇ ਬੈਠ ਗਿਆ। ਟੀਮ 16 ਮਿਸਿੰਗ ਆ, ਬੀਬੀ 23 ਵਾਲੇ ਦੇ ਵਿੱਚ ਬੀਬੀ 23 ਨਾਮ ਦਾ ਬੰਦਾ ਫਾਈਨਲੀ ਇੱਕ ਆ ਚੁੱਕਾ। ਨੂ ਬੋਟ ਵੀ ਆ ਚੁੱਕਾ ਟੀਮ ਨੰਬਰ 11 ਦੇ ਵਿੱਚ, ਜੋ ਕਿ 11 ਹੀ ਸੀ ਟੀਮ ਨੰਬਰ ਭਾਜੀ ਦੀ। ਨੂ ਬੋਟ ਭਾਜੀ ਨੇ ਕਿਸੇ ਨੂੰ ਬੈਨ ਕਰਵਾਇਆ, ਦੇਖ ਲਓ। ਇੱਦੀ ਹੈਕ ਰਿਪੋਰਟ ਕਰਦੇ ਰਿਹਾ ਕਰੋ, ਸੋ ਯੂ ਕੈਨ ਗੈਟ ਦਿਸ ਅਵਤਾਰ। ਦੈਨ ਪੀਪਲ ਵਾਚਿੰਗ, ਸੋ 6 ਮਿੰਟਸ ਮੋਰ ਐਂਡ ਵੀ ਵਿਲ ਸਟਾਰਟ ਦ ਟੂਰਨਾਮੈਂਟ। ਜਿਹੜੀਆਂ ਟੀਮਸ ਰਹਿ ਗਈਆਂ, ਪਲੀਜ਼ ਆ ਜਾਓ। ਓਕੇ, ਸੋ ਵੀ ਹੈਵ ਟੀਮ ਨੰਬਰ, ਟੀਮ RPG ਦੇ 2 ਬੰਦੇ ਲੀਵ ਕਰ ਗਏ, ਕੋਈ ਨਾ ਆ ਜਾਓਗੇ। 6 ਮਿੰਟਸ ਮੋਰ 6 ਮੋਰ ਮਿੰਟਸ। ਓਕੇ ਓਕੇ ਮੈਚ, ਲੱਕੀਲੀ ਕਿਸੇ ਦੀ ਟੀਮ 'ਚ ਰੈਂਡਮ ਬੰਦਾ ਨਹੀਂ ਹੈ। ਕੂਲ। NRI ਸ਼ੈਡੋ ਪੰਡਿਤ ਪੰਨੋ ਸਾਂਬਾ ਭਾਜੀ, ਆਦੇ ਸਾਂਬਾ ਤੁਹਾਡੇ ਦੇਖ ਸਕਦੇ ਹੋ ਤੁਸੀਂ, ਕਨਕਰਰ ਪੁਸ਼ ਕਰ ਰਹੇ ਇਸ 1 ਸਟਾਰ। ਐਂਡ ਵਿਲ ਜਸਟ ਗੋ ਟੂ ਹਿਸ ਅੱਲੇ +18। Yeah, that's good. Squad and angle +13, +6. Awesome. Hello. Okay, so we have one more spectator coming in. Backbencher. ਆਈ ਹੋਪ ਭਾਜੀ ਆ ਰਹੇ ਨੇ ਜਲਦੀ। RPG ਨਾਂ ਦਾ ਬੰਦਾ ਬਈ ਟੀਮ 11 ਚ, ਸ਼ਾਇਦ ਉਹਨਾਂ ਦੇ ਨਾਲ ਹੀ ਹੋਊਗਾ, ਨੂ ਪੋਟ ਦੇ ਨਾਲ ਹੀ। ਐਂਡ ਵੀ ਹੈਵ 5 ਮੋਰ ਮਿੰਟਸ, ਜੇ ਕੋਈ ਟੀਮ ਰਹਿ ਗਈ ਤਾਂ ਆ ਜਾਓ। 5 ਮੋਰ ਮਿੰਟਸ ਗਾਈਸ, okay, so let's have a peek on the names again. Daku and Pannu the team, see team number 5, that means Pannu must be coming. Pannu no invite maar denne. And team number 1 puri ho gayi hai, team number 2 team crusher guys, je tada banda reh gaya ta le aao. Team number 3 purane papi, unna di vi team puri ho chuki hai, evil team vi puri ho chuki hai, RPG ਦੀ ਟੀਮ ਵੀ ਪੂਰੀ ਹੋ ਚੁੱਕੀ ਆ। ਡਿੰਪਲ ਦੀ ਟੀਮ ਦੇ ਵਿੱਚ ਸਿਰਫ ਡਿੰਪਲ ਬੈਠੇ ਨੇ, ਨੋ ਪ੍ਰੋਬਲਮ। ਨੂ ਬੋਟ ਦੀ ਟੀਮ ਦੇ ਵਿੱਚ 3 ਬੰਦੇ ਹੋ ਚੁੱਕੇ, ਸੋ ਆਈ ਵੁੱਡ ਸੇ ਨੂ ਬੋਟ ਦੀ ਟੀਮ ਵੀ
Puriya. So nearly 16 teams were there, 15 are here. 42 guys RPG clutch aa chuke hain. As the time starts, I think apan nu idda keh dena chahida ki room 10 minute de vich shuru hoga, fir jaldi room full ho jayega na. Lol. Oho. ਆਤਾ ਬੰਬੀ ਹਾ ਬੋਲੇ ਵਾਲੀ ਗੱਲ ਬਾਤ ਆ ਉਹ ਕਹਿੰਦਾ ਹੁੰਦਾ ਤਿੰਨੋ ਯਾਰ ਬਣਾਈ ਫਿਰਦਾ ਐਸ ਐਚ ਓ ਐਸ ਐਸ ਪੀ ਡੀ ਸੀ ਨੀ ਬੰਬੀ ਹਾ ਬੋਲੇ ਬੋਲੇ ਨੀ ਬੰਬੀ ਹਾ ਬੋਲੇ ਲੂਟ 3x ਨੋ ਬ੍ਰੋ ਲੂਟ ਨਾਰਮਲ ਆ ਆਈ ਡੋਂਟ ਹੈਵ ਅਨਫੋਰਚੁਨੇਟਲੀ ਆਈ ਡੋਂਟ ਹੈਵ ਐਡਵਾਂਸ ਰੂਮ ਕਾਰਡਸ ਆਈ ਕੈਨ ਬਾਏ ਦਮ ਦੋ If you like. Three times loot. So, ਜਿਹੜੇ fun rooms ਬਣਾਇਆ ਕਰਾਂਗੇ ਉਹਨਾਂ ਵਿੱਚ three times ਕਰ ਦਿਆ ਕਰਾਂਗੇ. I mean, ਜੇ ਬਣਾਵਾਂਗੇ ਤਾਂ. I am not sure. Two more minutes. Teams ਪੱਲੇ. ਕਾਫੀ ਟੀਮਸ ਆ ਚੁੱਕੀਆਂ ਡਿੰਪਲ ਭਾਜੀ ਆਪਣੀ ਟੀਮ ਲੈ ਆਓ ਟੀਮ ਨੰਬਰ 6 ਐਂਡ 8 ਕਿਹੜੀ ਸੀ ਟੀਮ ਨੰਬਰ 6 ਵਾਸਤੇ AK-47 ਐਮ ਟੀਮ ਨੰਬਰ 8 ਵਾਸ ਸਾਵੰਸ ਟੀਮ ਦੋ ਟੀਮਸ ਮਿਸਿੰਗ ਆ ਟੂ ਮਿਨਟਸ ਇੱਕ ਰਿਮਾਈਂਡਰ ਗਾਰਡਿੰਗ ਵਾਲਾ ਲੱਭੋ ਕੋਈ ਬੰਦਾ ਜੇ ਕਿਸੇ ਬੰਦੇ ਨੂੰ ਗਾਰਡਿੰਗ ਆਉਂਦੀ ਹੈ ਸੋ ਕੋਂਟੈਕਟ NRI ਗੱਬਰ ਪਲੀਜ਼ ਗਾਈਸ ਹੀ ਵਾਂਟਸ ਟੂ ਟਾਕ ਟੂ ਯੂ ਆਈ ਮੀਨ ਹੀ ਮਸਟ ਨੀਡ ਅ ਡੀਲ ਬੈਕ ਵੈਂਚਰ ਨੂੰ ਕੀ ਕਰੋ ਬੈਕ ਵੈਂਚਰ ਕਿੱਥੇ ਪੈ ਜੀ ਟੀਮ ਨੰਬਰ 2 ਚ ਆਈ ਐਮ ਲੁਕਿੰਗ ਫੋਰ ਬੈਕ ਵੈਂਚਰ ਟੀਮ ਨੰਬਰ 2 ਚ ਬੈਕ ਪਚਰ ਬੱਚਰ ਬੈਂਚਰ ਨੂੰ ਕੀ ਕਰੋ ਆਈ ਡੋਨੋ ਅੱਛਾ ਉਹ ਸਟਰੀ ਓਕੇ ਟੀਮ 2 ਨਹੀਂ ਭਾਜੀ ਉਹ ਦੂਜੇ 'ਚ ਆ ਦੂਜੇ ਸਲੋਟ ਸਪੈਕਟੇਟ 'ਚ ਚੀਮੇ ਭਾਜੀ ਨੇ ਕਿਹਾ ਸੀ ਕਿ ਉਹਨੂੰ ਸਪੈਕਟੇਟ ਦੇ ਵਿੱਚ ਬਾਲ ਲਿਓ ਮਾਫੀਆ ਚੱਟ ਆ ਚੁੱਕੇ ਨੇ ਇੱਕ ਮਿੰਟ ਬਰੋਸ ਗਾਈਸ ਆਈ ਡੋਨੋ ਚੱਲੇ ਤਾਂ ਨਹੀਂ ਕੋਈ ਨਹੀਂ ਕੋਈ ਉਰਾ ਪਰਾ ਵਾਲਾ ਬੰਦਾ ਬੰਦਾ ਨਹੀਂ ਆਇਆ ਗੁੱਡ 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 ਮਾਫੀਆ ਚੱਟ ਸੰਦੀਪ ਬਰਾੜ ਓ AK-47 ਅਨਮੋਲ ਆ ਚੁੱਕੇ ਆ PB-23 ਹੰਟਰ ਸੋ ਆਈ ਡੋਂਟ ਨੋ ਇਫ ਆਈ ਸ਼ੁੱਡ ਵੇਟ ਔਰ ਨਾਟ ਫੋਰ ਦਾ AK-47 ਵਾਲੀ ਟੀਮ ਚੱਲ ਗਏ ਭਾਜੀ ਤੁਹਾਡੀ ਟੀਮ 'ਚ ਓ ਯਾ ਆਈ ਡੋਂਟ ਨੋ So I'm about to start the match. Started. Yes. And we are waiting to get in. Okay, so we have Zohi. Gabbar mukke maar raha hai Zohi de. ਕੁੱਟੋ ਕੁੱਟੋ ਪਹਿਲੇ ਹੀ ਬੰਦਾ ਲੜਨ ਜੋਗਾ ਨਾ ਛੱਡਿਓ ਸਾਰੇ ਜਾਣੇ ਫੜ ਲਓ ਇੱਕ ਦੂਜੇ ਨੂੰ ਫਨੈਟਿਕ ਦੇ ਸਕਸ਼ਮ ਓਪੀ ਬਾਅਦ ਚੋ ਸਾਰੇ ਜਾਣੇ ਫਨੈਟਿਕ ਦੀ ਟੀਮ ਵੀ ਆਈ ਆ ਸਕਾਊਟ ਦਾ ਜਿਗਰੀ ਦੋਸਤ ਆ ਬੰਦਾ ਕਤਲੇਆਮ ਹੋ ਸਕਦੇ ਨੇ ਇੱਥੇ ਕਤਲੇਆਮ ਨੂ ਬੋਟ ਸੋ ਇੱਕ ਬੰਦਾ ਨੂਬ ਵੀ ਆ ਤੇ ਇੱਕ ਬੋਟ ਵੀ ਆ 2-in-1 ਬੰਦਾ ਇਹ ਇਹਨਾਂ ਦਾ ਵੀ ਆਪਣਾ ਇੱਕ ਖੌਫ ਹੋਣਾ ਚਾਹੀਦਾ ਪ੍ਰੀਤ ਪਲਾਲਾ ਡੀਸੀ ਸਾਹਿਬ ਵੀ ਐਸ ਐਚ ਓ ਐਸ ਐਸ ਪੀ ਡੀ ਸੀ ਬੰਬੀ ਹੈ ਬੋਲੇ ਵਾਲੇ ਐਸ ਐਚ ਓ ਐਸ ਐਸ ਪੀ ਡੀ ਸੀ ਵੀ ਨੇ ਤਿੰਨੇ ਹੀ ਬੰਦੇ ਇਕੱਠੇ ਹੀ ਇਹਨਾਂ ਦਾ ਵੀ ਆਪਣਾ ਇੱਕ ਖੌਫ ਆ ਲੈਟਸ ਚੈੱਕ ਦਾ ਪਲੇਨ ਪਾਥ ਕਾਫੀ ਵਧੀਆ ਪਲੇਨ ਪਾਥ ਤੁਸੀਂ ਦੇਖ ਲਈ ਆਪਾਂ ਕਿਸੇ ਦਾ ਡਰੋਪ ਨਹੀਂ ਦਿਖਾਉਣਾ ਜਦ ਤੱਕ ਆਪਾਂ ਦੇਖ ਰਹੇ ਹਾਂ
ਸੋਹੀ ਭਾਜੀ ਦਾ ਨੇਮ ਕਾਫੀ ਉਰਾ ਪਰਾ ਜਿਹਾ ਤਰੀਕੇ ਨਾਲ ਦਿਖ ਰਿਹਾ, ਨੋ ਪ੍ਰੋਬਲਮ। ਸੈਣੀ ਭਾਜੀ ਬਬਲੀ ਤੇ ਸੁੱਖ ਟੀਮ ਨੰਬਰ 2 ਦੇ ਵਿੱਚ ਹੈਗੇ। ਡੀਸੀ ਨਿੰਜਾ, ਸੋਲ ਰੇਡੀਏਟਰ, ਡੀਸੀ ਚੀਮਾ, ਪੀਬੀ 23 ਹੰਟਰ, ਫਨੈਟਿਕ ਸਕਸ਼ਮ ਓਪੀ, ਐਨ ਆਰ ਆਈ ਚੰਦਨ, ਉਹ ਉਮੇਡਾ ਜਤਨ, ਆਈ ਡੋਨਟ ਨੋ, ਐਸ ਐਚ ਓ, ਐਸ ਐਸ ਪੀ, ਡੀ ਸੀ। ਈਵਲ ਦੀ ਟੀਮ ਦੇ ਵਿੱਚ ਵੋਹਰਾ, ਆਕਾਸ਼, ਰੋਬਿਨ, ਜੀਤ। ਡਿੰਪਲ ਦੀ ਟੀਮ ਦੇ ਵਿੱਚ ਡਿੰਪਲ ਨੇ, ਮਾਫੀਆ ਜੱਟ ਨੇ, ਅਤੇ ਐਨ ਆਰ ਆਈ ਗੱਬਰ ਦੀ ਟੀਮ ਦੇ ਵਿੱਚ ਚੀਮਾ ਅਤੇ ਪੰਡਿਤ। ਦੇ ਆਰ ਰੀਅਲੀ ਗੁੱਡ ਪਲੇਅਰਸ, ਓਕੇ, ਖੌਫ ਰੱਖੇ ਉਹਨਾਂ ਦਾ ਵੀ। ਐਨ ਆਰ ਆਈ ਪ੍ਰੀਤ, ਡਾਕੂ, ਗੁਰਲਵ, ਗੇਮ ਚੇਂਜਰਸ ਐਂਡ ਐਨ ਆਰ ਆਈ ਪੰਨੂ ਦੀ ਟੀਮ ਹੈ। ਆਰ ਪੀ ਜੀ ਦੀ ਟੀਮ ਹੈ ਡੈਵਲ, ਸਾਹਿਬ ਅਤੇ ਵਨੀਤ। ਆਈ ਥਿੰਕ ਇਹਨਾਂ ਦਾ ਇੱਕ ਬੰਦਾ ਰਹਿ ਗਿਆ, ਨੈਵਰ ਮਾਇੰਡ, ਸੋਰੀ ਗਾਈਸ। ਸੋ ਵੀ ਹੈਵ 13 ਟੀਮਸ ਐਂਡ 47 ਅਲਾਈਵ, ਐਂਡ ਵੀ ਆਰ ਸਪੈਕਟੇਟਿੰਗ ਚੀਮਾ ਭਾਜੀ ਜੋ ਕਿ ਉਤਰੇ ਨੇ। ਆਈ ਥਿੰਕ ਗੱਡੀ ਚੱਕ ਕੇ ਕਿਤੇ ਜਾਣਗੇ। ਪਚਿੰਕੀ ਦੇ ਵਿੱਚ ਕਾਫੀ ਟੀਮਾਂ, ਕਾਫੀ ਜ਼ਿਆਦਾ ਟੀਮਾਂ ਦੇਖਣ ਨੂੰ ਮਿਲ ਰਹੀਆਂ ਨੇ ਪਚਿੰਕੀ ਦੇ ਵਿੱਚ। ਐਨ ਆਰ ਆਈ ਚੀਮਾ ਨੇ ਇੱਕ ਸਾਈਡ 'ਤੇ, ਅਤੇ ਐਨ ਆਰ ਆਈ ਪੰਡਿਤ ਟੀਮ ਨੰਬਰ 9 ਆ ਇੱਥੇ। ਈਵਲ ਦੀ ਟੀਮ ਵੀ ਇੱਥੇ ਆ, ਅਤੇ ਐਨ ਆਰ ਆਈ ਡਿੰਪਲ, ਮਾਫੀਆ ਜੱਟ ਦੀ ਟੀਮ ਇੱਥੇ ਆ, ਅਤੇ ਫਿੰਗ, ਹਿਊਮਨ, ਗੌਰਵ ਅਤੇ ਰੋਹਨ, ਅਤੇ ਐਨ ਆਰ ਆਈ ਗੱਬਰ ਵੀ ਇੱਥੇ ਨੇ। ਸੋ ਟੀਮ ਨੰਬਰ 9, ਟੀਮ ਨੰਬਰ 13, ਟੀਮ ਨੰਬਰ 10 ਐਂਡ ਟੀਮ ਨੰਬਰ 4, ਫੋਰ ਟੀਮਸ ਉਤਰੀਆਂ ਨੇ ਪਚਿੰਕੀ ਦੇ ਵਿੱਚ। ਰੋਡ ਪਾਰ ਕਰਕੇ ਤਾਂ ਕੋਈ ਟੀਮ ਹੈ ਨਹੀਂ ਗਈ, ਸੋ ਇਫ ਐਨੀ ਟੀਮ ਗੋਸ ਮੇਕਸ ਇਟ ਅਰਾਊਂਡ ਦ ਰੋਡ, ਲੂਟ ਕਰ ਸਕਦੇ ਆ, ਕਾਫੀ ਹਾਊਸਿਸ ਵਧੀਆ ਲੂਟ ਹੁੰਦੀ ਆ। ਇਹਨਾਂ ਦੇ ਗੱਬਰ ਨੇ ਇੱਕ ਆਪਣਾ ਹੀ ਅਲੱਗ ਚਾਰ ਘਰਾਂ ਦਾ ਕੰਪਾਊਂਡ ਹੋਲਡ ਕੀਤਾ ਹੋਇਆ, ਸੋ ਹੀਲ ਹੈਵ ਅ ਕੁੱਟ ਲੂਟ। ਉਹਨਾਂ ਦੇ ਪਾਸੇ ਰੋਹਨ ਆ ਚੁੱਕੇ ਨੇ, ਰੋਹਨ ਦੇ ਕਾਫੀ ਵਧੀਆ ਸ਼ਾਟ ਮਾਰੇ ਗੱਬਰ ਨੇ, ਕਾਫੀ ਤਕਰੀਬਨ 10-20 ਹਿੱਟ ਪੁਆਇੰਟਸ ਐਂਡ ਗੱਬਰ ਲੈ ਕੇ ਜਾ ਚੁੱਕੇ ਨੇ ਉਹਨਾਂ ਨੂੰ। ਗੱਬਰ ਕਿਤੇ ਨੇ, ਗੱਬਰ ਖੜੇ ਨੇ ਉੱਤੇ, ਸੋ ਵਧੀਆ ਵਿਊ ਸੀਗਾ ਗੱਬਰ ਦੇ ਕੋਲ ਕਾਫੀ। ਵਿਲ ਸੀ ਕਿ ਉਹਨਾਂ ਦਾ ਕੋਈ ਟੀਮਮੇਟ ਆਉਂਦਾ ਕਿ ਨਹੀਂ। ਵਿੰਗ ਹਿਊਮਨ ਥੋੜ੍ਹਾ ਜਿਹਾ ਮੂਵ ਇਨ ਕਰਦੇ ਹੋਏ ਇੱਧਰ ਨੂੰ ਰੋਡ ਪਾਰ ਕਰਨ ਦੀ ਕੋਸ਼ਿਸ਼, ਵਾਲ ਤੇ ਖੜੇ ਨੇ, ਅਤੇ ਗੌਰਵ ਵੀ ਉਹਨਾਂ ਦੇ ਪਿੱਛੇ ਆ ਰਹੇ ਨੇ। ਆਈ ਹੋਪ ਗੱਬਰ ਵਿਲ ਹੈਵ ਅ ਗੁੱਡ ਕਵਰ, ਐਂਡ ਉਹ ਮੂਵ ਕਰ ਰਹੇ ਨੇ, ਸੋ ਕਾਫੀ ਵਿੰਗ ਹਿਊਮਨ ਨੂੰ ਨੌਕ ਕਰ ਦਿੱਤਾ ਗਿਆ। ਇੱਧਰੋਂ ਪੰਡਿਤ ਨੇ, ਪੰਡਿਤ ਵੀ ਆ ਰਹੇ ਨੇ ਮੂਵ ਇਨ ਕਰ ਰਹੇ ਨੇ। ਐਨ ਆਰ ਆਈ ਗੱਬਰ ਕਾਫੀ ਵਧੀਆ ਪੋਜੀਸ਼ਨ ਦੇ ਵਿੱਚ ਬੈਠੇ ਨੇ। ਐਨ ਆਰ ਆਈ ਗੱਬਰ ਦਾ ਪਰਸਪੈਕਟਿਵ ਦੇਖਦੇ ਹਾਂ, ਕਾਫੀ ਪੀਕ ਲੈ ਕੇ ਵਧੀਆ ਸ਼ਾਟਸ। ਗੁਰਲਵ ਰੋਡ ਦੇ ਉੱਤੇ ਬੈਠੇ ਨੇ, ਵਾਲ ਦੇ ਉੱਤੇ, ਟੁੱਟੀ ਦੇ ਉੱਤੇ, ਊਜ਼ੀ ਦੀ ਬਹੁਤ ਵਧੀਆ ਸਪਰੇ ਜਾ ਰਹੀ ਆ। ਵਿੰਗ ਹਿਊਮਨ ਨੂੰ ਫਿਨਿਸ਼ ਕਰ ਦਿੱਤਾ ਗਿਆ, ਅਤੇ ਉਧਰੋਂ ਗੌਰਵ ਦੇ ਕਾਫੀ ਸ਼ਾਟ ਪਏ ਨੇ, ਕਿੱਧਰੋਂ ਪਏ ਨੇ, ਕਿਹਨੇ ਮਾਰੇ, ਪੰਡਿਤ ਨੇ। ਐਂਡ ਵਿੰਗ ਹਿਊਮਨ ਦੀ ਟੀਮ, ਟੀਮ ਨੰਬਰ 13 ਕਰ ਦਿੱਤੀ ਗਈ ਆ ਫਿਨਿਸ਼। ਜੀ ਜੀ ਗਾਇਸ, ਬਹੁਤ ਵਧੀਆ। ਸੋ ਆਪਣੇ ਕੋਲ ਟੀਮ ਰਹਿ ਚੁੱਕੀਆਂ ਨੇ ਹੁਣ 44 ਲਾਈਵ ਐਂਡ 12 ਟੀਮਸ। ਸੋ ਫਸਟ ਟੀਮ ਵਾਜ ਇਲੀਮੀਨੇਟਡ ਬਾਏ ਐਨ ਆਰ ਆਈ ਗੱਬਰ, ਐਨ ਆਰ ਆਈ ਚੀਮਾ ਐਂਡ ਐਨ ਆਰ ਆਈ ਪੰਡਿਤ। ਵੈਲ ਪਲੇਡ ਗਾਇਸ, ਅਤੇ ਉਹਨਾਂ ਦੀ ਟੀਮ ਨੂੰ ਵੀ ਜੀ ਜੀ, ਗੁੱਡ ਗੇਮ। ਹੁਣ ਐਨ ਆਰ ਆਈ ਟਿੰਪਲ ਦੀ ਟੀਮ ਗੱਬੇ ਦਾ ਕੰਪਾਊਂਡ ਹੋਲਡ ਕਰਕੇ ਬੈਠੀ ਆ, ਅਤੇ ਈਵਲ ਦੀ ਟੀਮ ਥੋੜ੍ਹਾ ਮੂਵ ਆਊਟ ਕਰ ਰਹੀ ਹੈ ਕਿ ਨੋ, ਦੇ ਆਰ ਸਟਿਲ ਲੂਟਿੰਗ। ਸੋਰੀ ਸੋਰੀ ਸੋਰੀ, ਕੰਟਰੋਲਸ ਥੋੜ੍ਹੇ ਇੱਦਾਂ ਉੱਦਾਂ ਹੋ ਜਾਂਦੇ ਆ ਕਈ ਵਾਰੀ ਗਲਤੀ ਨਾਲ। ਵਟ ਆਰ ਯੂ ਗਾਈਜ਼ ਡੂਇੰਗ, ਮੁੱਕੀ ਮੁੱਕੀ ਹੋਈ ਆ? ਨਹੀਂ ਨਹੀਂ, ਆ ਬੰਦਾ ਕਿਸੇ ਪਾਸੇ ਸਕੋਪ ਇਨ ਕਰਕੇ ਦੇਖ ਰਿਹਾ ਲੱਗਦਾ। ਡਾਂਸ ਕਰ, ਡਾਂਸ ਨਹੀਂ ਕਰਨਾ, ਨੈਵਰ ਮਾਈਂਡ ਯਾਰ, ਮੈਂ ਬਾਹਰ ਰਹਿ ਗਿਆ। ਸੋ ਸੋਰੀ ਭਾਜੀ, ਟੀਮ ਰੂਮ ਕਿਹਾ ਸੀਗਾ ਮੈਨੂੰ 50 ਦੇ ਸ਼ੁਰੂ ਕਰਨ ਲਈ, ਆਈ ਮੀਨ ਤੁਹਾਡੇ 20, ਅਤੇ ਆਈ ਡਿਡ ਇਟ ਔਨ ਟਾਈਮ, ਸੋ ਸੋਰੀ, ਮੈਨੂੰ ਪਤਾ ਨਹੀਂ ਸੀ ਕੋਈ ਟੀਮ ਰਹਿ ਗਈ ਆ। ਐਂਡ ਐਨ ਆਰ ਆਈ ਗੱਬਰ ਮੂਵ ਇਨ ਕਰਦੇ ਹੋਏ ਡਿੰਪਲ ਐਂਡ ਮਾਫੀਆ ਦੇ ਉੱਤੇ, 3v2 ਦੀ ਸਿਚੁਏਸ਼ਨ ਹੈ, ਦੋਨੋਂ ਐਨ ਆਰ ਆਈ ਦੀਆਂ ਟੀਮਸ ਨੇ, ਦੇਖਦੇ ਹਾਂ ਕਿੰਨਾ ਕੁ ਵਧੀਆ ਪਰਫਾਰਮ ਕਰਦੇ ਆ। ਗੱਬਰ ਨੇ ਸ਼ਾਟ ਮਾਰਨ ਦੀ ਟਰਾਈ ਕੀਤੀ ਪਰ ਮਾਫੀਆ ਜ਼ੋਨ ਦੇ ਕਵਰ ਦੇ ਵਿੱਚ ਜਾਂਦੇ ਹੋਏ ਟਾਈਮ ਤੇ, ਦੇਖਦੇ ਹਾਂ ਇੱਥੋਂ ਵਿਊ ਹੈਗਾ। ਹਾਂ, ਗੱਬਰ ਹੁਣ ਵੀ ਦੇਖ ਰਹੇ ਨੇ, ਗੱਬਰ ਵੀ ਉੱਥੋਂ ਟੀਪੀਪੀ ਲੈ ਕੇ ਬੈਠੇ ਨੇ, ਨੇਡ ਪੁੱਲ ਕੀਤਾ ਹੋਇਆ, ਅਤੇ ਇੱਧਰ ਮਾਫੀਆ ਜੱਟ ਵੀ ਕਾਫੀ ਵਧੀਆ ਕਵਰ ਤੇ। ਦੋਨੋਂ ਪਤੰਦਰ ਇੱਕੋ ਘਰ ਦੇ ਵਿੱਚ ਬੈਠੇ ਨੇ, ਇੱਕ ਛੋਟੇ ਜਿਹੇ ਰੂਮ ਦੇ ਅੰਦਰ ਆ ਅਤੇ ਇੱਕ ਬਾਹਰ ਆ,
ਥੱਲੇ ਇਹਨਾਂ ਦੇ ਫਿਰਦੇ ਨੇ NRI ਗੱਬਰ ਐਂਡ NRI ਚੀਮਕ. ਓਕੇ, NRI ਪੰਡਿਤ ਨੇ ਨੇੜੇ ਲੈ ਲਿਆ ਆ ਮਾਫੀਆ ਜੀ, ਮਾਫੀਆ ਜੀ ਫੜ ਲੈ ਗਏ ਨੇ, ਅੰਦਰੋਂ ਆ ਚੁੱਕੇ ਨੇ. ਓਕੇ, ਚੀਮਾ ਨੌਕ ਕਰ ਲਿਆ ਗਿਆ ਤੇ ਆਕੇ ਨੇ ਮਾਰਤਾ ਡਿੰਪਲ. ਗੱਬਰ ਨੇ ਮਾਰਿਆ ਡਿੰਪਲ ਬਈ, ਗੱਬਰ ਨੇ. ਜੀ ਜੀ ਗਾਈਸ, ਡਿੰਪਲ ਉਹਨਾਂ ਨੂੰ ਵੀ ਜੀ ਜੀ ਈਵਿਲ ਟੀਮ ਕਿਤੇ ਆ, ਈਵਿਲ ਟੀਮ ਵੀ ਦਿਖਾ ਦਿੰਦੇ ਭਾਜੀ ਤੁਹਾਨੂੰ ਇੱਧਰ ਫਾਈਟ. ਈਵਿਲ ਟੀਮ ਪਰ ਚੰਕੀ ਦੇ ਵਿੱਚ ਹੀ, ਸੋਰੀ ਨੈਵਰ ਮਾਈਂਡ. ਕਾਫੀ ਵਧੀਆ ਚੀਮੇ ਨੇ ਰਿਵਾਈਵ ਦੇ ਦਿੱਤਾ ਗਿਆ, ਹੀਲ ਕਰਨ ਦੀ ਕੋਸ਼ਿਸ਼ ਕਰਨਗੇ, ਲੂਟ ਕਰ ਰਹੇ ਨੇ. ਗੱਬਰ ਦੇ ਕੋਲ ਥੋਮਸਨ ਐਂਡ ਦੂਜੀ ਆ ਹੁਜੀ. ਪੰਡਿਤ ਤਿੰਨ ਕਿਲ ਕੱਢ ਚੁੱਕਾ, ਵੈਰੀ ਗੁੱਡ. ਇਹ ਵੀ ਚੱਕੀ ਫਿਰਦੇ ਊਜ਼ੀ ਐਂਡ AKM, ਵਧੀਆ ਵਧੀਆ ਵਧੀਆ. ਚੀਮੇ ਦੇ ਕੋਲ ਕੀ ਹੈ, ਚੀਮੇ ਦੇ ਕੋਲ ਵੀ ਊਜ਼ੀ ਐਂਡ M4, ਇਹ ਵੀ ਅੱਗੇ ਰਸ਼ ਕਰ ਰਹੇ ਨੇ ਆਈ ਥਿੰਕ ਈਵਲ ਦੀ ਟੀਮ ਦੇ ਉੱਤੇ. ਦੇਖਦੇ ਆ ਈਵਲ ਟੀਮ ਕੀ ਕਰੂਗੀ. ਚੀਮਾ ਰੋਡ ਦੇ ਲਾਗੇ ਪਹੁੰਚ ਚੁੱਕੇ ਨੇ. ਲੈਟ ਸੀ ਚੀਮਾ, ਚੀਮਾ ਭਾਜੀ, ਚੀਮੇ ਨੂੰ ਕੋਈ ਦਿਖ ਰਿਹਾ ਲੱਗਦਾ ਓਬਵੀਅਸਲੀ. ਸੋ ਸਕੋਪਿੰਗ ਕੀਤਾ, ਈਵਲ ਰੋਬਿਨ ਦੇਖ ਲਿਆ ਗਿਆ, ਉਹਨਾਂ ਨੇ ਸਪੋਟ ਕਰ ਲਿਆ ਕਿ ਰਾਈਟ ਸਾਈਡ ਦੇ ਘਰਾਂ ਦੇ ਬੰਦੇ ਨੇ. ਰੂਮ ਵੀ ਤਾਂ ਸੀ ਮੈਂ, ਰੂਮ ਚ ਤਾਂ ਸੀ ਮੈਂ, ਕਿੱਦਾਂ ਮਤਲਬ ਭਾਜੀ? ਉਹ ਕਈ ਵਾਰ ਗੇਮ ਗਲਿਚ ਕਰ ਜਾਂਦੀ ਤੇ ਰੈਂਡਮ, ਮਤਲਬ ਕੋਈ ਵੀ ਇੱਕ ਬੰਦਾ ਕਈ ਵਾਰੀ ਓਕੇਸ਼ਨਲੀ ਹੁੰਦਾ ਵੈਸੇ ਤਾਂ, ਪਰ ਕਿੱਕ ਕਰ ਦਿੰਦੀ ਹੈ ਆਪਣੇ ਆਪ ਗੇਮ. ਸੋ ਸੋਰੀ ਡਿਡਨਟ ਨਿਊ, ਆਈ ਫੀਲ ਫੋਰ ਯੂ ਬ੍ਰਦਰ. 10 ਪੀਪਲ ਵਾਚਿੰਗ ਗਾਈਸ, ਜੇ ਤੁਸੀਂ ਲਾਈਕ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ, ਆਪਾਂ ਇੱਦੀ ਟੂਰਨਾਮੈਂਟ ਹੋਸਟ ਕਰਦੇ ਰਹਿਣਾ. ਜਦ ਤੱਕ ਦੇਖਦੇ ਹਾਂ ਸਾਹਮਣੇ ਈਵਲ ਟੀਮ, ਈਵਲ ਟੀਮ ਦੇ ਜੀਤ ਓਪਨ ਦੇ ਵਿੱਚੋਂ ਹੁਣੀ ਕਵਰ ਦੇ ਵਿੱਚ ਗਏ ਨੇ. ਈਵਲ ਦੀ ਟੀਮ ਵਰਸਸ NRI ਦੀ ਟੀਮ, NRI ਦੀ ਟੀਮ ਨੇ ਦੋ ਟੀਮਾਂ ਜਿਹੜੀਆਂ ਹਾਲੇ ਤੱਕ ਸਭ ਤੋਂ ਪਹਿਲਾਂ ਨੌਕ ਫਿਨਿਸ਼ ਹੋਣ ਵਾਲੀਆਂ NRI ਦੀ ਟੀਮ ਨੇ ਕੀਤੀਆਂ, NRI ਗੱਬਰ ਦੀ ਟੀਮ ਨੇ. ਐਂਡ ਪੰਡਿਤ ਬਹੁਤ ਵਧੀਆ ਰੋਟੇਟ ਮਾਰ ਰਹੇ ਨੇ. ਇੱਧਰ ਈਵਲ ਦੀ ਟੀਮ ਦੇਖੀਏ, ਇੱਕ ਬਰੋਕਨ ਵਾਲ ਦੇ ਵਿੱਚ ਇੱਕ ਘਰ ਦੇ ਵਿੱਚ ਆ. ਐਂਡ ਈਵਲ ਰੋਬਿਨ ਵੀ ਕਾਫੀ ਵਧੀਆ, ਆਈ ਥਿੰਕ ਈਵਲ ਰੋਬਿਨ ਪੀਕ ਲੈ ਰਿਹਾ ਸੀ, ਯਾ ਈਵਲ ਰੋਬਿਨ ਪੀਕ ਲੈ ਰਿਹਾ ਸੀ ਤੇ ਚੀਮੇ ਵੱਲੋਂ ਬਹੁਤ ਵਧੀਆ ਸਪਰੇ ਦਿੱਤੀ ਗਈ ਆ. ਬੈਂਡੇਜਸ ਲਾ ਰਹੇ ਨੇ ਭਾਜੀ ਤੇ ਈਵਲ ਕਾਸ ਜਾ ਰਹੇ ਨੇ ਕੰਪਾਊਂਡ ਦੇ ਲਾਗੇ. ਐਂਡ ਗੱਬਰ ਦਾ ਬਹੁਤ ਵਧੀਆ ਰੋਟੇਟ, ਗੱਬਰ ਕਵਰ ਦੇ ਵਿੱਚ ਆ ਚੁੱਕੇ ਨੇ. ਈਵਲ ਰੋਬਿਨ ਸਾਹਮਣੇ ਨੇ ਗੱਬਰ ਦੇ, ਈਵਲ ਰੋਬਿਨ ਬੈਕ ਆਫ ਕਰਦੇ ਹੋਏ, ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਗੱਬਰ ਇੱਧਰੋਂ ਆ ਰਹੇ ਨੇ. ਚਾਰੋ ਬੰਦੇ ਸੇਮ ਕੰਪਾਊਂਡ ਦੇ ਲਾਗੇ ਨੇ. NRI ਚੀਮਾ ਇੱਕ ਬੰਦੇ ਨੂੰ ਲੈ ਚੁੱਕੇ ਨੇ, ਈਵਲ ਵੋਹਰਾ ਨੂੰ ਨੌਕ ਕਰ ਦਿੱਤਾ ਗਿਆ NRI ਚੀਮਾ ਵੱਲੋਂ. ਜੇ ਗੱਬਰ ਦੇਖੀਏ, ਗੱਬਰ ਨੇ ਵੀ ਇੱਕ ਬੰਦਾ ਫਿਨਿਸ਼ ਕਰਤਾ, ਈਵਲ ਰੋਬਿਨ ਨੌਕ ਕਰ ਦਿੱਤੇ ਗਏ ਆ ਗੱਬਰ ਵੱਲੋਂ. ਗੱਬਰ ਨੇ ਈਵਲ ਜੀਤ ਨੂੰ ਦੇਖ ਲਿਆ ਗਿਆ, ਨਾਲ ਹੀ ਗੱਬਰ ਦੇ NRI ਪੰਡਿਤ ਆ ਚੁੱਕੇ ਨੇ. ਈਵਲ ਵੋਹਰਾ ਨੂੰ ਰਿਵਾਈਵ ਦੇ ਦਿੱਤਾ ਗਿਆ, ਪਰ ਈਵਲ ਆਕਾਸ਼ ਤੇ ਈਵਲ ਵੋਹਰਾ ਸੇਮ ਕੰਪਾਊਂਡ ਦੇ ਵਿੱਚ ਆਈ ਥਿੰਕ ਲੈ ਕੇ ਜਾਣਗੇ ਕੋਈ ਨਾ ਕੋਈ. ਗੱਬਰ ਦੇ ਵੱਲੋਂ ਨਹੀਂ, ਪੰਡਿਤ ਦੇ ਵੱਲੋਂ ਈਵਲਜੀਤ ਦੇ ਉੱਤੇ ਕਾਫੀ ਵਧੀਆ ਸਪਰੇ. ਈਵਲਜੀਤ ਦੀ ਹੈਲਥ ਕਾਫੀ ਘੱਟ ਹੈ. ਈਵਲਜੀਤ ਨੇ ਕਰਤਾ ਘਰ ਤੋਂ ਬਾਹਰ ਜੰਪ ਕੰਪਾਊਂਡ ਤੋਂ ਬਾਹਰ, ਐਂਡ ਉਹ ਜਾ ਰਹੇ ਨੇ ਸੇਮ ਘਰ ਦੇ ਵਿੱਚ ਸਾਰੇ ਜਾਣੇ. ਈਵਲਜੀਤ ਦੇ ਉੱਤੇ ਕਾਫੀ ਵਧੀਆ ਸਪਰੇ ਊਜ਼ੀ ਦੀ, ਐਂਡ ਕਾਫੀ ਲੋ ਹਿੱਟ ਪੁਆਇੰਟਸ, ਲੈਫਟ ਨੂੰ ਬਾਹਰ ਆ ਗਏ. ਐਂਡ ਗੱਬਰ ਨੇ ਮੌਕਾ ਨਹੀਂ ਛੱਡਿਆ, ਗੱਬਰ ਈਵਲ ਆਕਾਸ਼ ਨੂੰ ਵੀ ਨੌਕ ਕਰ ਦਿੱਤਾ ਗਿਆ. ਗੱਬਰ ਤਕਰੀਬਨ 10 ਹਿੱਟ ਪੁਆਇੰਟਸ ਤੇ, 1v3 ਹੋ ਚੁੱਕਾ ਇੱਥੇ. ਈਵਲ ਵੋਹਰਾ ਦੇਖਦੇ ਹਾਂ ਕੀ ਕਰਨਗੇ. ਈਵਲ ਵੋਹਰਾ ਦੇ ਵੱਲ ਦੇਖੀਏ ਤਾਂ ਈਵਲ ਵੋਹਰਾ ਕੁੰਜੇ ਜਾ ਕੇ ਬੈਠੇ ਨੇ, ਐਂਡ ਚੀਮਾ ਨੇ ਫਿਨਿਸ਼ ਕਰ ਦਿੱਤਾ ਗਿਆ ਚੀਮਾ ਵੱਲੋਂ. ਜੀ ਜੀ ਗਾਈਸ, ਬਹੁਤ ਵਧੀਆ ਈਵਲ ਜੀਤ. ਗੱਬਰ 3 ਕਿਲਸ ਐਂਡ ਚੀਮਾ ਜੀ 1 ਕਿਲ ਕਰਦੇ ਹੋਏ. ਈਵਲ ਦੀ ਟੀਮ ਭਾਜੀ ਬਾਹਰ ਕੱਢ ਦਿੱਤੀ ਗਈ ਆ. ਜੀ ਜੀ, ਵੈਲ ਪਲੇਡ ਗਾਈਸ. 13 ਪੀਪਲ ਵਾਚਿੰਗ, ਹਿੱਟ ਦਾ ਸਬਸਕ੍ਰਾਈਬ ਬਟਨ ਇਫ ਯੂ ਹੈਵਨਟ. ਸਬਸਕ੍ਰਾਈਬ ਬਟਨ ਅਪ ਦੋ ਐਂਡ ਲਾਈਕ ਜ਼ਰੂਰ ਕਰਨਾ. ਐਂਡ ਇੱਥੇ ਚਾਰ ਟੀਮਾਂ ਉਤਰੀਆਂ ਸੀਗੀਆਂ ਪੋਚਿੰਕੀ ਦੇ ਵਿੱਚ, ਤੇ ਫਾਈਟਸ ਵੀ ਹਲੇ ਤੱਕ ਪੋਚਿੰਕੀ ਦੇ ਵਿੱਚ ਹੀ ਹੋਈਆਂ. ਇੱਧਰ ਦੋ ਟੀਮਾਂ ਨੇ ਜੋਰਜੋਪੋਲ ਦੇ ਵਿੱਚ, ਆਪਾਂ ਜੋਰਜੋਪੋਲ ਜਾ ਕੇ ਦੇਖਦੇ ਹਾਂ. ਜੋਰਜੋਪੋਲ ਦੇ ਵਿੱਚ ਇਹ ਤਾਂ ਪਤੰਦਰ ਲੋਕ ਕੇ ਖੜੇ ਆ. ਜਦ ਤੱਕ ਆਪਾਂ ਡਰੋਪ ਦੇਖੀਏ, ਸੱਚ ਫਲੇਅਰ ਡਰੋਪ ਮੁਕਾਇਆ. ਓਹੋ, ਫਲੇਅਰ ਡਰੋਪ ਦੇ ਵਿੱਚ ਆਮ ਐਂਡ ਔਗ ਆ ਚੁੱਕੀ ਆ. ਟੀਮ ਨੰਬਰ 15 ਦੇ ਹੱਥ ਗੈਂਗਸਟਰ ਐਂਡ ਡੇਂਜਰ ਜ਼ੋਨ ਤੇ ਹੱਥ ਲੱਗ ਚੁੱਕੀ ਆ. ਬੀ ਕੇਅਰਫੁਲ ਗਾਈਸ, ਬੀ ਕੇਅਰਫੁਲ. ਇੱਕ ਹੋਰ ਡਰੋਪ ਆਏ, ਨਾਰਮਲ ਸਰਕਾਰੀ ਡਰੋਪ ਐਸ ਯੂ ਗਾਈਸ ਨੂੰ, ਪਾਣੀ ਦੇ ਵਿੱਚ DBS. ਓ, ਪਾਣੀ ਦੇ ਵਿੱਚ ਇੰਨਾ ਰਿਸਕ. ਸੰਦੀਪ ਬਰਾੜ ਮੂਵ ਕਰ ਰਹੇ ਨੇ, ਨਹੀਂ ਉਹ ਬੈਠੇ ਨੇ ਬਾਹਰ ਵਾਲੇ ਕੰਪਾਊਂਡ ਤੇ, ਜੋ ਕਿ ਬਾਹਰ ਕੰਪਾਊਂਡ ਹੁੰਦਾ ਆ
ਬਾਰਨਹਾਊਸ ਸੌਰੀ ਬਾਰਨਹਾਊਸ ਹੁੰਦੇ ਨੇ। ਆਰਪੀਜੀ ਦੀ ਟੀਮ ਮਜੇ ਨਾਲ ਘੁੰਮੀ ਕਰ ਰਹੀ ਹੈ, ਉਹਨਾਂ ਨੂੰ ਸ਼ਾਇਦ ਪਤਾ ਨਹੀਂ ਗਾ ਕਿ ਉੱਥੇ ਇੱਥੇ ਹੋਰ ਟੀਮਸ ਹੈਗੀਆਂ। ਓਕੇ, ਆਰਪੀਜੀ ਹੰਟਰ ਨੇ ਨੂ ਪੋਟ ਨੂੰ ਨੌਕ ਕੀਤਾ। ਕਿੱਥੇ ਨੇ ਨੂ ਪੋਟ? ਵੇਅਰ ਇਜ਼ ਨੂ ਪੋਟ? ਓਕੇ, ਨੂ ਪੋਟ ਵੀ ਫੈਲੋ ਮੇਟ ਉੱਤੇ ਚੜੇ ਸੀਗੇ ਕਰੇਨ ਦੇ, ਤੇ ਪੀਬੀ 23 ਹੰਟਰ ਵੀ ਕਰੇਨ ਦੇ ਉੱਤੇ ਸੀਗੇ, ਦੋਨਾਂ ਨੇ ਨੌਕ ਕਰ ਦਿੱਤਾ ਗਿਆ। ਡੀਐਸ ਟੀਮਾਂ ਨੇ ਸਾਫ ਜਸ ਨੂੰ ਨੌਕ ਕਰ ਦਿੱਤਾ ਗਿਆ, ਬਹੁਤ ਵਧੀਆ ਸਪਰੇ ਭਾਜੀ ਵੱਲੋਂ। ਇਹਨਾਂ ਦੀ ਟੀਮ ਦੇ ਦੋ ਬੰਦੇ ਹਲੇ ਤੱਕ ਪਹਾੜੀ ਦੇ ਉੱਤੇ ਨੇ, ਸੋਲ ਦੇ ਉੱਤੇ। ਪੀਬੀ 23 ਹੰਟਰ ਵੱਲੋਂ ਸਪਰੇ ਕਿਹਦੇ ਉੱਤੇ? ਆਰਪੀਜੀ ਕਲਾਚ। ਸੋ ਸੋਰੀ ਫੋਰ ਪੈਕ ਸਪੈਕਟੇਟਿੰਗ, ਮੈਨੂੰ ਟੀਮਸ ਦਾ ਨਹੀਂ ਸੀ ਪਤਾ। ਸੋਲ ਰੇਡੀਏਟਰ ਐਂਡ ਡੀਸੀ ਨਿੰਜਾ ਮੂਵ ਇਨ ਕਰਦੇ ਹੋਏ। ਆਰਪੀਜੀ ਬੱਬੂ ਮਾਨ ਨੂੰ ਨੌਕ ਕਰ ਦਿੱਤਾ ਗਿਆ ਪੀਬੀ 23 ਹੰਟਰ ਵੱਲੋਂ। ਆਈ ਥਿੰਕ ਉਹਨਾਂ ਨੂੰ ਕੋਈ ਨਾ ਕੋਈ ਤਾਂ ਵਿਊ ਸੀਗਾ ਉੱਥੋਂ, ਪ੍ਰੋਬੇਬਲੀ ਵਿੰਡੋ ਦੇ ਥਰੂ। ਯੈਸ, ਐਸ ਯੂ ਗਾਈਸ ਕੈਨ ਸੀ, ਵਿੰਡੋ ਦੇ ਥਰੂ ਉਹਨਾਂ ਨੇ ਨੌਕ ਕਰ ਦਿੱਤਾ ਗਿਆ। ਜੀ ਪੈਲਪਰੇਟ ਐਂਡ ਚੀਮੇ ਦੇ ਉੱਤੇ ਮੋਲੋ ਕਰਨ ਦੀ ਕੋਸ਼ਿਸ਼, ਬਟ ਆਰਪੀਜੀ ਕਲੱਚ ਓਨਲੀ ਸਰਵਾਈਵਿੰਗ ਟੀਮਮੇਟ ਐਂਡ ਨੇੜ ਕਰ ਰਹੇ ਨੇ। ਓ ਐਂਡ ਪੀਬੀ 23 ਹੰਟਰ ਲੈ ਕੇ ਜਾ ਚੁੱਕੇ ਨੇ, M4 ਦੀ ਸਪਰੇਅ ਦੇ ਵਿੱਚ ਆ ਗਏ। ਸ਼ਾਇਦ ਭੁੱਲ ਗਏ ਸੀਗੇ ਜਾਂ ਨਹੀਂ ਸੀ ਪਤਾ ਕਿ ਟੀਮ ਉੱਥੇ ਬੈਠੀ ਆ ਉੱਤੇ। ਸੋ ਆਪਣੇ ਕੋਲ 13 ਟੀਮਸ ਸੀਗੀਆਂ, 4 ਟੀਮਸ ਐਲੀਮੀਨੇਟ ਹੋ ਚੁੱਕੀਆਂ, ਜਿਨ੍ਹਾਂ ਦੇ ਵਿੱਚੋਂ 3 ਟੀਮਸ NRI ਗੱਬਰ ਐਂਡ 1 ਟੀਮ RPG ਦੀ ਟੀਮ ਵਿਦਆਊਟ ਐਨ ਕੈਸ਼ੁਅਲਿਟੀਜ਼ ਜਾਂ ਕੈਸ਼ੁਅਲਿਟੀਜ਼ ਹਾਂ ਉਹੀ ਹੁੰਦਾ ਲੈ ਕੇ ਜਾ ਚੁੱਕੀ ਆ। GG ਗਾਇਸ ਵੈਲ ਪਲੇਡ ਐਂਡ ਮੈਂ ਭੁੱਲ ਗਿਆ ਕਿਹੜੀ ਟੀਮ ਹੈ ਐਲੀਮੀਨੇਟ ਹੋਈ, ਉਹ ਵੀ RPG ਦੀ ਟੀਮ ਸੀਗੀ ਆਈ ਥਿੰਕ, ਜਾਂ RPG ਬੱਬੂ ਮਾਨ, ਆਈ ਓਨਲੀ ਰਿਮੈਂਬਰ ਦੈਟ ਨੇਮ। GG ਗਾਇਸ ਵੈਲ ਪਲੇਡ, ਬਹੁਤ ਵਧੀਆ ਖੇਡੇ ਤੁਸੀਂ। ਹੋਰ ਟੀਮਾਂ ਦੇਖਦੇ ਹਾਂ ਤਾਂ ਟੀਮ ਨੰਬਰ 5 NRI ਪੰਨੂ ਐਂਡ ਡਾਕੂ ਗੁਲਵ ਦੀ ਟੀਮ ਸੀਗੀ, ਉਹ ਵੀ 25 ਦੇ ਵੱਲ ਆ ਰਹੇ ਨੇ। ਫਿਲਹਾਲ ਤਾਂ ਪੰਨੂ ਜੀ ਇਕੱਲੇ ਨੇ, ਓਨਲੀ ਗਾਏ। ਇਹਦੇ ਟੀਮਮੇਟ ਕਿੱਥੇ ਨੇ? ਟੀਮਮੇਟ ਹਲੇ ਵੀ ਜ਼ੋਨ ਦੇ ਕਾਫੀ ਬਾਹਰ, ਦੋ ਜਾਣੇ ਜਾ ਰਹੇ ਨੇ ਬੱਗੀ ਦੇ ਉੱਤੇ, ਇੱਕ ਜਾਣਾ ਉਦਾ ਐਂਡ ਡਾਸੀਆ ਹੈਗੀਆਂ ਇਹਨਾਂ ਦੇ ਕੋਲ। ਦੇ ਵਿਲ ਮੇਕ ਇਟ ਟੂ ਦਾ ਜ਼ੋਨ ਵਿਦਆਊਟ ਐਨੀ ਪ੍ਰੋਬਲਮ। ਵਾਓ, RPG ਕਾਫੀ ਦੂਰ ਹੈ, SHO SSP DC ਵੀ ਕਾਫੀ ਦੂਰ ਨੇ ਜ਼ੋਨ ਤੋਂ। NRI ਪੰਡਿਤ ਹੁਣੀ ਮੂਵ ਕਰ ਰਹੇ ਨੇ ਸਮਵੇਅਰ, ਓ ਨੋਟ ਸਮਵੇਅਰ, ਟੂ ਦਾ ਜ਼ੋਨ ਓਬਵੀਅਸਲੀ। ਐਵਰੀ ਟੀਮ ਇਜ ਮੂਵਿੰਗ ਟੂ ਦਾ ਜ਼ੋਨ, ਜ਼ੋਨ ਨੇ ਕਾਫੀ ਹਾਰਡ ਸ਼ਿਫਟ ਮਾਰੀ। ਸੈਣੀ ਨੂਬ ਕਿੱਥੇ ਆ ਭਾਜੀ? ਸੈਣੀ ਭਾਜੀ ਵੀ ਦੇਖ ਲੈਂਦੇ ਆਪਾਂ, ਸੈਣੀ ਭਾਜੀ ਹੈਗੇ ਨੇ। ਸੋ ਜੋਰਜਬੋਲ ਦੇ ਲਾਗੇ ਸੀ ਕਿਤੇ, ਆਈ ਥਿੰਕ ਜੋਰਜਬੋਲ ਸਿਟੀ ਦੇ ਵਿੱਚ ਸੀਗੇ ਇਹ, ਤੇ ਹੁਣ ਜ਼ੋਨ ਦੇ ਵਿੱਚ ਮੂਵ ਕਰ ਰਹੇ ਨੇ। ਇਹਨਾਂ ਦੇ ਪਿੱਛੇ ਕਾਫੀ ਟੀਮਾਂ ਆ ਰਹੀਆਂ ਹੋਣੀਆਂ। ਓ, ਪੀਬੀ 23 ਦੀ ਟੀਮ ਨੇ ਹਲੇ ਤੱਕ ਮੂਵ ਕਰਨ ਦੇ ਬਾਰੇ ਨਹੀਂ ਸੋਚਿਆ, ਬਟ NRI ਪੰਨੂ ਦੀ ਟੀਮ ਉਹਨਾਂ ਦੇ ਪਿੱਛੇ ਬੈਠੀ ਹੈ, ਡਾਸੀਆ ਦੇ ਵਿੱਚ ਬੈਠੇ ਨੇ। ਡਾਕੂ ਗੁਰਲਵ ਤੇ ਡਾਕ ਗੇਮ ਚੇਂਜਰਸ ਦੀ ਹੈਲਥ ਕਾਫੀ ਘੱਟ ਆ, ਆਈ ਥਿੰਕ ਜ਼ੋਨ ਡੈਮੇਜ ਲਿਆ। ਓਕੇ, ਸੋ ਦੂਰ ਦੀ ਗੱਡ ਲੈਣੀ, ਇਹਨਾਂ ਦੀ ਫਾਈਟ ਨਹੀਂ ਹੋਣੀ। ਟੀਮ ਨੰਬਰ 12 ਤੇ ਟੀਮ ਨੰਬਰ 9 ਕਾਫੀ ਕਲੋਜ਼ ਬੈਠੇ ਨੇ, ਨਹੀਂ ਕਾਫੀ ਦੂਰ ਨੇ, ਪੈਸੇ ਡਿਫਰੈਂਟ ਕੰਪਾਊਂਡ। NRI ਸੁੱਖ ਹੁਣੀ ਆਪਣਾ ਇੱਕ ਸੈਣੀ ਭਾਜੀ, ਸੋਰੀ ਸੈਣੀ ਭਾਜੀ ਆਹ NRI ਭਾਜੀ ਵੀ ਆਪਣਾ, ਸੈਣੀ ਭਾਜੀ ਵੀ ਆਪਣਾ ਕੋਈ ਅਲੱਗ ਕੰਪਾਊਂਡ ਸੋਚ ਰਿਹਾ ਹੁਣੇ ਫਿਕਸ ਖਾਨ ਨੂੰ। ਟੀਮ ਨੰਬਰ 15 ਨਾਲ ਦੇਖਦੇ ਹਾਂ, ਤੇ ਇਹਨਾਂ ਦੇ ਕੋਲ ਆਮ ਸੀਗੀ ਇਹਨਾਂ ਬੰਦਿਆਂ ਕੋਲ, ਦੇਖੀਏ ਤਾਂ ਉਹ ਡਰੋਪ ਲਈ ਚੱਲੇ ਆ ਭਾਜੀ, ਹੈ ਨਹੀਂ ਕੁਛ ਵੀ ਡਰੋਪ 'ਚ, ਬੇਕਾਰ ਆ ਡਰੋਪ ਵਾਲਾ। ਮੋਰੇ ਇਹਨਾਂ ਦਾ ਸਵਾਗਤ ਕਰਨ ਨੂੰ AK-47 ਦੀ ਟੀਮ ਬੈਠੀ ਹੈ, AK-47 ਦੀ ਟੀਮ ਆਈ ਤਾਂ ਨਹੀਂ ਸੀ, ਨੋ ਪ੍ਰੋਬਲਮ। ਕਿਸੇ ਪਾਸੇ ਤਾਂ ਫਾਈਟ ਹੋਈ ਆ ਹੁਣੀ, ਕੋਈ ਬੰਦਾ ਨੌਕ ਹੋਇਆ, ਓਕੇ ਗੱਬਰ ਦੀ ਟੀਮ ਮੂਵ ਕਰ ਰਹੀ ਹੈ, ਓਕੇ ਪਲੇ ਬਾਏ ਨੌਕ ਹੋਏ ਨੇ ਗੱਬਰ ਦੀ ਟੀਮ, ਆਈ ਥਿੰਕ NRI ਪੰਡਿਤ ਨੇ ਕਿਸੇ ਬੰਦੇ ਨੌਕ ਕੀਤਾ ਸੀਗਾ। ਜੇ ਦੇਖੀਏ ਤਾਂ ਆਪਾਂ ਗੱਬਰ ਮੂਵ ਕਰ ਰਹੇ ਨੇ ਲੈਫਟ ਥਾਣੀ, ਕਾਫੀ ਵਧੀਆ ਰੋਟੇਟ, ਜਦ ਤੱਕ ਕਿ NRI ਚੀਮ ਐਂਡ NRI ਪੰਡਿਤ ਉਹਨਾਂ ਨੂੰ ਡਿਸਟਰੈਕਟ ਕੀਤੇ ਹੋਏ ਨੇ। ਆਈ ਹੋਪ ਉਹਨਾਂ ਨੂੰ ਗੱਬਰ ਦੀ ਟੀਮ ਹਲੇ ਤੱਕ ਨਹੀਂ ਪਤਾ ਲੱਗਾ ਗੱਬਰ ਦੀ ਲੋਕੇਸ਼ਨ, ਕਿ ਗੱਬਰ ਰੋਟੇਟ ਮਾਰ ਰਹੇ ਨੇ। ਯਾ ਗੱਬਰ ਘਾਹ ਦੇ ਵਿੱਚ ਬਹੁਤ ਵਧੀਆ ਸਨੀਕਿੰਗ ਅਰਾਊਂਡ ਦ ਬੁਸ਼ਿਸ, ਬਹੁਤ ਵਧੀਆ ਖੇਡ ਰਹੇ ਨੇ। ਡਿੰਪਲ ਕੁਮਾਰ ਨੇ ਮੈਸੇਜ ਸੈਂਡ ਕਰਕੇ ਡਿਲੀਟ ਕਰਤਾ, ਨੋ ਪ੍ਰੋਬਲਮ ਭਾਜੀ। ਐਂਡ ਨੇੜ ਕਾਫੀ ਪਿੱਛੇ ਰਹਿ ਜਾਣਾ, ਬਟ ਇਟ ਵੁੱਡ ਬੀ ਅ ਨਾਈਸ ਟ੍ਰਾਈ ਦੋ।
ਇੰਨਾ ਰੇ ਪੰਡਿਤ ਨੇ ਇੰਨਾ ਰੇ ਚੀਮਾ ਹਲੇ ਤੱਕ ਵਿਊ ਲੈ ਕੇ ਬੈਠੇ ਨੇ। ਚਾਰੋ ਬੰਦੇ ਗੱਡੀ ਦੇ ਆਲੇ ਦੁਆਲੇ ਘੁੰਮ ਰਹੇ ਨੇ, ਸ਼ਾਇਦ ਗੱਡੀ ਲੈ ਕੇ ਦੌੜਨ ਦੀ ਕੋਸ਼ਿਸ਼ ਕਰਨਗੇ। ਪਲੇ ਬੋਏ ਕਾਫੀ ਲੈਫਟ ਨੂੰ ਆ ਰਹੇ ਨੇ, ਦੇਖਦੇ ਹਾਂ ਕਿ ਮੇਕ ਕਰਨਗੇ ਇੱਧਰ ਨੂੰ। ਐਂਡ ਗੱਬਰ ਦੇ ਉੱਤੇ ਨੇੜ ਕਰਨ ਦੀ ਕੋਸ਼ਿਸ਼, ਮਤਲਬ ਸਮੋਕ ਦੇ ਵਿੱਚ ਨੇੜ ਕਰਨ ਦੀ ਕੋਸ਼ਿਸ਼ ਤਾਂ ਕਿ ਲੈ ਕੇ ਜਾ ਸਕਣ, ਬਟ ਨਹੀਂ, ਰਾਸਤੇ ਦੇ ਵਿੱਚ ਲੈ ਗਿਆ। ਚੀਮਾ ਐਂਡ ਪੰਡਿਤ ਮੂਵ ਕਰਨਗੇ ਹੁਣ ਗੱਡੀ ਲੈ ਕੇ, ਕਾਫੀ ਵਧੀਆ ਕਲੱਚ ਹੋਣ ਲੱਗਾ। ਇੱਕ ਹੋਰ ਟੀਮ ਵਾਈਪ ਆਊਟ ਹੁੰਦੀ ਦੇਖ ਸਕਦੇ ਹਾਂ ਆਪਾਂ, ਜਾਂ ਗੱਬਰ ਦੀ ਟੀਮ ਜਾਂ ਪਲੇ ਬੋਏ ਟੀਮ ਨੰਬਰ 12, ਆਈ ਡੋਂਟ ਨੋ ਦੇ ਟੀਮ ਨੇਮ, ਪਲੇ ਬੋਏ ਦੀ ਟੀਮ ਕਹਿ ਸਕਦੇ ਹਾਂ ਆਪਾਂ, ਪਲੇ ਬੋਏ ਦੀ ਟੀਮ ਵੀ ਜਾਂਦੇ ਆਪਾਂ ਦੇਖ ਸਕਦੇ ਹਾਂ। ਐਨ ਆਰ ਆਈ ਚੀਮਾ ਤੇ ਅੰਕੁਰ ਇੱਕ ਦੂਜੇ ਦੇ ਉੱਤੇ ਲੈ ਕੇ ਬੈਠੇ ਨੇ ਟੀਪੀਪੀ। ਗੱਬਰ ਨੇ ਇੱਕ ਬੰਦਾ ਨੌਕ ਕਰ ਦਿੱਤਾ ਗਿਆ ਹੈ ਤੇ ਦੋ ਬੰਦੇ ਗੱਬਰ ਲੈ ਗਿਆ, ਤੇ ਪੰਡਿਤ ਨੇ ਵੀ ਆਪਣਾ ਰਿਵੈਂਜ ਲੈ ਲਿਆ। ਕਾਫੀ ਵਧੀਆ ਜੀ ਜੀ ਗਾਇਸ, ਵੈਲ ਪਲੇਡ। ਦੋ ਬੰਦੇ ਐਨ ਆਰ ਆਈ ਗੱਬਰ ਦੇ ਹਿੱਸੇ ਚ ਆਏ ਤੇ ਦੋ ਆਏ ਐਨ ਆਰ ਆਈ ਪੰਡਿਤ। ਐਂਡ ਆਪਾਂ ਦੇਖ ਰਹੇ ਹਾਂ ਕਿ ਟੀਮ ਨੰਬਰ 5 ਵੀ ਲਾ ਕੇ ਆ ਚੁੱਕੀ ਹੈ, ਜੋ ਕਿ ਐਨ ਆਰ ਆਈ ਪੰਨੂ ਦੀ ਟੀਮ ਆ। ਸੋ ਇੱਕ ਹੋਰ ਟੀਮ ਇੱਥੇ ਆ ਚੁੱਕੀ ਹੈ ਜੀ ਜੀ, ਇੱਕ ਹੋਰ ਟੀਮ ਇਲੀਮੀਨੇਟ ਹੋਈ, ਜੋ ਕਿ ਪੂਰੀ ਟੀਮ ਇਲੀਮੀਨੇਟ ਹੋਈ। ਆਪਾਂ ਦੇਖ ਰਹੇ ਹਾਂ ਕਿ ਪੂਰੀਆਂ ਫਾਈਟਸ ਹੋ ਰਹੀਆਂ ਨੇ, ਲਾਈਕ ਲਿਟਰਲੀ ਪੂਰੀਆਂ ਫਾਈਟਸ, ਟੀਮ ਵਾਈਪ ਆਊਟ ਹੋ ਰਹੇ ਨੇ ਸਰ ਦੇ। ਕੋਈ ਬੰਦਾ ਰਿਸਕ, ਮਤਲਬ ਇੱਕ ਬੰਦੇ ਨਾਲ ਮਰਵਾ ਕੇ ਦੌੜ ਨਹੀਂ ਰਿਹਾ। ਗੱਬਰ ਲੂਟ ਕਰ ਰਹੇ ਨੇ, ਉਜ਼ੀ ਐਂਡ M4 ਰੌਕ ਕਰ ਰਹੇ ਨੇ। ਦੇਖੀਏ ਇਹਨਾਂ ਦੀ ਟੀਮ ਦੇ ਕੋਲ ਹੋਰ ਕੀ ਕੁਛ ਆ। ਚੀਮਾ AKM ਤੇ M4 ਯੂਜ ਕਰ ਰਹੇ ਨੇ, ਪੰਡਿਤ ਕੀ ਯੂਜ ਕਰ ਰਹੇ ਨੇ, ਪੰਡਿਤ ਦੇ ਕੋਲ ਵੀ M4 ਐਂਡ AKM 5 ਕਿਲਸ, 13 ਕਿਲਸ ਓਵਰਆਲ ਟੀਮ ਦੇ ਆ। ਤੇ ਇਚ ਬੰਦੇ ਦੇ ਕਿਲ ਕਿੱਦਾਂ ਦੇਖੀ ਦੇ ਆਪਾਂ, ਹਾਊ ਡਿਡ ਆਈ ਲੁੱਕ ਇਟ ਲਾਸਟ ਟਾਈਮ, ਓ ਯਾ, ਕਿਲ ਦੇ ਉੱਤੇ ਨਜ਼ਰ ਮਾਰਦੇ ਹਾਂ। ਤੇ ਟੀਮ ਨੰਬਰ 2 ਜਿਹੜੀ ਕਿ ਆਈ ਥਿੰਕ ਜੋਰਜੋਪੋਲ ਦੇ ਵਿੱਚ ਆਪਾਂ ਫਾਈਟ ਦੇਖੀ ਸੀਗੀ, 3 ਕਿਲਸ ਲੈ ਕੇ ਜਾ ਚੁੱਕੇ ਆ। ਟੀਮ ਨੰਬਰ 2 ਵੀ ਲਾਗੇ ਦੀ ਮੂਵ ਕੀਤੀ, ਸੋਲ ਰੇਡੀਏਟਰ ਐਂਡ DC ਚੀਮਾ ਆਈ ਥਿੰਕ ਪੁਸ਼ ਕਰਨਗੇ ਕਿ ਨਹੀਂ, ਨੋ, ਕਿਉਂਕਿ ਟੀਮ ਵਾਪਸ ਆ ਰਹੀ ਆ। ਐਂਡ ਕਾਫੀ ਵਧੀਆ ਸਪਰੇ ਕਰਨ ਦੀ ਕੋਸ਼ਿਸ਼ ਟੀਮ ਨੰਬਰ 2 ਦੇ ਉੱਤੇ, DC ਚੀਮਾ ਨੂੰ ਕਾਫੀ ਡੈਮੇਜ ਦਿੱਤਾ ਗਿਆ, ਹਾਫ ਹੈਲਥ ਰਹਿ ਗਈ ਆ। DC ਰੇਡੀਏਟਰ ਦੀ ਗੱਡੀ ਆ ਰਹੀ ਆ ਤੇ DC ਹੰਟਰ ਦੀ ਵੀ ਗੱਡੀ ਜਾ ਰਹੀ ਆ ਇੱਥੇ। ਆਈ ਥਿੰਕ ਟੀਮ ਨੰਬਰ 5 ਵਿਲ ਜਸਟ ਵੇਟ ਐਂਡ ਵਾਚ, ਤਾਂ ਕਿ ਜੋ ਤੱਕ ਕਿਸੇ ਟੀਮ ਦਾ ਹੈਲਥ ਨਾ ਘੱਟ ਹੋਵੇ ਤਾਂ ਉਹ ਥਰਡ ਪਾਰਟੀ ਕਰਨ। ਇੱਥੇ 3 ਟੀਮਾਂ ਬਹੁਤ ਲਾਗੇ ਲੱਗ ਗਏ, ਤਿੰਨੋਂ ਜ਼ੋਨ ਦੇ ਬਾਹਰ ਨੇ। ਟੀਮ ਨੰਬਰ 14 ਐਂਡ 15 ਵੀ ਬਹੁਤ ਲਾਗੇ ਆ, ਦੇਖਦੇ ਆ ਹੁਣ ਕਿਹੜੀ ਟੀਮ ਦੀ ਫਾਈਟ ਦੇਖੀਏ। ਸੋ ਓਕੇ, ਸਮਾ ਜਸਟ ਯੂ ਸਟ੍ਰੈਸ ਨਾ, ਪਰ ਚੀਮੇ ਦੇ ਬਾਡੀ ਸ਼ੋਟ ਪਿਆ ਹੋ ਸਕਦਾ ਆ, ਆਈ ਡੋਨਟ ਨੋ। ਗੱਬਰ ਹੁਣੀ ਫਾਲ ਬੈਕ ਕਰ ਰਹੇ ਨੇ, ਆਈ ਥਿੰਕ ਇੱਕ ਸਟ੍ਰੈਟੇਜਿਕ ਗੇਮ ਪਲੇ ਆਏ ਵੀ ਇੱਕ ਕਿ ਫਾਈਟ ਨੂੰ ਇਗਨੋਰ ਕਰਕੇ ਤੁਸੀਂ ਪਹਿਲਾਂ ਜ਼ੋਨ ਦੇਖੋ। ਹਿਟਲਰ ਓਪੀ ਦੇਖੀ ਤਾਂ ਇਹ ਟੀਮ ਨੰਬਰ 15 ਦੇ ਵੱਲ ਵੱਧ ਰਹੇ ਨੇ। ਹਿਟਲਰ ਓਪੀ, ਵਾਈ ਆਰ ਯੂ ਫਲਾਇੰਗ ਬ੍ਰਦਰ, ਸਟਿਲ ਫਲਾਇੰਗ, ਗੇਮ ਲੈਗ। ਓਕੇ, ਸੋ ਸਾਹਮਣੇ ਗੈਂਗਸਟਰ ਪ੍ਰੀਤ ਬਾਲਾਲਾ, PB 23 ਲਵ ਐਂਡ ਡੇਂਜਰ ਜ਼ੋਨ, ਇਹਨਾਂ ਦੇ ਕੋਲ ਆਮ ਸੀ ਟੀਮ 15 ਦੇ ਕੋਲ ਆਮ ਐਂਡ ਸੈਕਿੰਡ ਗਨ ਔਕ, ਯਾ ਸੋ ਫਲੇਅਰ ਡ੍ਰੌਪ ਲੁੱਟਿਆ ਸੀਗਾ ਉਹਨਾਂ ਨੇ, ਦੇਖਦੇ ਹਾਂ। ਇਹਨਾਂ ਦੀ ਚੀਮਾ ਨੇ PB 23 ਹੰਟਰ, ਆਈ ਥੋਟ ਦੇ ਵਰ ਫਾਲਿੰਗ ਬੈਕ, ਉੱਧਰ ਵੀ ਦੇਖਦੇ ਹਾਂ ਕਿੱਥੇ ਆ ਉਹ ਟੀਮ। ਓਕੇ, ਸੋ ਵਟ ਦੇ ਡਿਡ ਇਜ਼ ਦੇ ਵੈਂਟ ਆਲ ਦਾ ਵੇ ਪੁੱਠਾ ਸਿੱਧਾ ਅਰਾਊਂਡ, ਤਾਂ ਕਿ ਉਹਨਾਂ ਦੇ ਕੋਲ ਓਕੇ, ਸੋ ਇੱਕ ਦੇ ਹਾਈ ਰੇਂਜ ਐਡਵਾਂਟੇਜ ਆ ਐਂਡ ਦੇ ਕੈਨ ਗੈਟ ਬੈਕ ਟੂ ਜ਼ੋਨ ਪ੍ਰੀਟੀ ਈਜ਼ੀਲੀ। ਆਪਾਂ ਬੈਕ ਐਂਡ ਫੋਰਥ ਮੂਵ ਕਰਦੇ ਰਹਾਂਗੇ ਟੀਮਸ ਵਿੱਚ। ਹਿਟਲਰ ਓਪੀ ਨੂੰ ਕਾਫੀ ਡੈਮੇਜ ਦੇ ਦਿੱਤਾ ਗਿਆ ਡੇਂਜਰ ਜ਼ੋਨ ਵੱਲੋਂ, ਡੇਂਜਰ ਜ਼ੋਨ ਦੇ ਉੱਤੇ ਰਸ਼ ਹੋ ਰਿਹਾ। ਟੀਮ ਸੰਦੀਪ ਰਾੜ ਉੱਤੇ ਚੱਲਦੇ ਨੇ, ਸੰਦੀਪ ਰਾੜ ਨੇ ਡੇਂਜਰ ਜ਼ੋਨ ਨੂੰ ਨੌਕ ਐਂਡ ਫਿਨਿਸ਼ ਕਰ ਦਿੱਤਾ ਗਿਆ। ਇੱਧਰ ਇੱਕ ਹੋਰ ਬੰਦਾ ਨੌਕ ਐਂਡ ਫਿਨਿਸ਼ ਹੋਇਆ ਸੰਦੀਪ ਰਾੜ ਦੇ, ਲੌਕ ਵੀ ਉਹੀ ਦਿਖਾਈ ਜਾਂਦਾ। AK-47 ਨੇ ਗੈਂਗਸਟਾ ਕਿਲ ਕਰ ਦਿੱਤਾ ਗਿਆ ਐਂਡ ਟੀਮ 15 ਨੂੰ ਫਿਨਿਸ਼। ਓਕੇ, ਸੋ ਆਮ ਆ ਚੁੱਕੀ ਆ ਹੁਣ ਟੀਮ ਨੰਬਰ 14 ਦੇ ਹੱਥ ਵਿੱਚ ਐਂਡ ਵਿਲ ਗੈਟ ਬੈਕ ਟੂ ਦੈਮ। ਪ੍ਰੀਤ ਹੁਣੀ ਇੱਥੇ ਬੈਠੇ ਨੇ, ਪ੍ਰੀਤ ਹੁਣੀ, ਪ੍ਰੀਤ ਨੂੰ ਗੱਬਰ ਨੇ, ਪੰਨੂ ਸੋਰੀ, ਪੰਨੂ ਨੂੰ ਗੱਬਰ ਨੇ ਨੌਕ ਕਰ ਦਿੱਤਾ ਗਿਆ ਗੱਬਰ ਵੱਲੋਂ। ਵਿਲ ਹੈਵ ਅ ਪੀਕ ਔਨ ਦਿਸ ਐਂਡ ਟੀਮ ਪੂਰੀ ਸਹੀ ਸਲਾਮਤ, ਪੂਰੀ ਹੈਲਥ, ਪੂਰੀ ਪੰਡਿਤ ਦਾ ਹੈਡ ਹੈ ਨੀਗਾ, ਹੈਡ ਆਈ ਮੀਨ ਹੈਲਮਟ ਹੈ ਨੀਗਾ, ਕਾਫੀ ਘੱਟ ਹੈਲਥ ਦੇ ਪਲੇਅਰ। ਪ੍ਰੀਟੀ ਸੇਮ ਸਟ੍ਰੈਟਜੀ ਦੋ ਕਿ ਉਸ, ਓਕੇ,
ਗੱਬਰ ਹੁਣੀ ਬੈਕ ਆਈ, ਉਹਨਾਂ ਦੇ ਵੀ ਬੈਕ ਆ ਗਏ। ਕਾਫੀ ਵਧੀਆ ਕਾਫੀ ਵਧੀਆ M24 ਦਾ ਐਕਸ਼ਨ ਦੇਖਣ ਨੂੰ ਮਿਲਿਆ। ਓਕੇ ਟੀਮ ਨੰਬਰ 2 ਤੋਂ ਵੀ ਪਿੱਛੇ ਆ ਚੁੱਕੀ ਹੈ। ਟੀਮ ਨੰਬਰ 2 ਕਾਫੀ ਨੌਕ ਕਾਫੀ ਗਦਰ ਫਾਈਟ ਹੋ ਚੁੱਕੀ ਹੈ। ਟੀਮ ਨੰਬਰ 2 ਦੇ 3 ਨੌਕ ਹੋ ਚੁੱਕੇ ਨੇ। NRA ਪੰਡਿਤ ਨੇ ਕਿਲ ਚੋਰੀ ਕੀਤਾ ਟੀਮ ਨੰਬਰ 5 ਦਾ। ਟੀਮ ਨੰਬਰ 5 ਦਾ ਡਾਕੂ ਗੁਰਲਵ ਨੌਕ ਹੋ ਚੁੱਕਿਆ ਹੈ ਡੀਸੀ ਚੀਮਾ ਵੱਲੋਂ। ਡੀਸੀ ਚੀਮਾ ਇਜ਼ ਦਾ ਲਾਸਟ ਮੈਨ ਸਟੈਂਡਿੰਗ ਆਫ ਟੀਮ ਨੰਬਰ 2। ਐਂਡ ਲੈਫਟ ਸਾਈਡ ਇਹਨਾਂ ਦੇ ਦੇਖਣ ਨੂੰ ਮਿਲਿਆ ਕਿ NRA ਪੰਡਿਤ ਹੈ ਤੇ ਇੱਕ ਸਾਈਡ ਤੋਂ NRA ਗੱਬਰ ਆ ਰਿਹਾ। ਟੀਮ ਨੰਬਰ 5 ਇੱਕੋ ਪਹਾੜੀ ਤੇ ਉੱਤੇ ਟੌਪ ਦੇ ਉੱਤੇ ਬੈਠੀ ਆ ਪੂਰੀ ਤਰ੍ਹਾਂ ਚਿਲ ਕਰਨ ਦੀ। NRA ਗੱਬਰ ਗੱਡੀ ਲੈ ਕੇ ਮੂਵ ਕਰ ਰਹੇ ਨੇ। ਟੀਮ ਨੰਬਰ 5 ਵੀ ਆਪਣੀ ਗੱਡੀ ਦੇ ਵਿੱਚ ਬੈਠ ਚੁੱਕੀ ਹੈ, ਸਮੋਕਸ ਕਰ ਰਹੇ ਨੇ। ਟੀਮ ਨੰਬਰ 2 ਨੇ ਆਪਣੀ ਟੀਮ ਨੂੰ ਆਈ ਥਿੰਕ ਰਿਵਾਈਵ ਦੇ ਦਿੱਤਾ, ਯਾਰ ਟੀਮ ਨੰਬਰ 2 ਨੇ ਆਪਣੀ ਟੀਮ ਨੂੰ ਰਿਵਾਈਵ ਦੇ ਦਿੱਤਾ। NRA ਗੱਬਰ ਜ਼ੋਨ ਦੇ ਵਿੱਚ ਮੂਵ ਕਰ ਰਹੇ ਨੇ। ਆਈ ਥਿੰਕ ਟੀਮ ਨੰਬਰ 2 ਦੇ ਕੋਲ ਗੱਡੀ ਹੈ ਨੀ। NRA ਚੀਮਾ ਵੀ ਵੱਜ ਚੁੱਕੇ ਨੇ। ਟੀਮ ਨੰਬਰ 5 ਵੀ ਜ਼ੋਨ ਦੇ ਵਿੱਚ ਮੂਵ ਕਰ ਰਹੇ ਨੇ। ਬਹੁਤ ਵਧੀਆ ਟੂ ਅਵੋਇਡ ਦ ਫਾਈਟ ਐਂਡ ਗੈਟ ਟੂ ਦ ਸੇਫ ਜ਼ੋਨ ਵਿਚ ਇਜ਼ ਇੰਪੋਰਟੈਂਟ, ਪ੍ਰੀਟੀ ਇੰਪੋਰਟੈਂਟ ਟੂ ਬੀ ਆਨੈਸਟ। ਐਂਡ ਆਹ ਵਾਲਾ ਡਰੋਪ ਲੂਟ ਹੋ ਚੁੱਕਿਆ, RPG ਦੀ ਟੀਮ ਨੇ ਲੂਟ ਕੀਤਾ। ਇਹਨਾਂ ਦੇ ਕੋਲ ਤਾਂ ਹੈ ਨੀ ਗਨ, RPG ਸਭ ਕੋਲ ਦੇਖੀਏ ਤਾਂ MK14। ਓਕੇ ਆਟੋ ਤੇ ਚੱਲਣ ਦਾ ਵੀ ਆਪਸ਼ਨ ਆਪਾਂ ਨੂੰ ਐਕਸ਼ਨ ਦੇਖ ਸਕਦਾ। ਆਈ ਥਿੰਕ ਟੀਮਸ ਵਿਲ ਵੇਟ ਫਾਰ ਦਾ ਨੈਕਸਟ ਜ਼ੋਨ। ਐਂਡ ਯਾ ਅਗੇਨ ਕਾਫੀ ਹਾਰਡ ਸ਼ਿਫਟਸ ਮਾਰ ਰਹੀਆਂ ਟੀਮ, ਤੇ ਟੀਮ ਕਹੀਏ ਨਾ ਸੋਰੀ, ਕਾਫੀ ਹਾਰਡ ਸ਼ਿਫਟ ਦੇਖਣ ਨੂੰ ਮਿਲ ਰਹੀ ਹੈ ਆਪਾਂ ਨੂੰ ਜ਼ੋਨਸ ਦੀ, ਕਿ ਕਿਉਂਕਿ ਜਿੱਥੇ ਵੀ ਹਰ ਵਾਰੀ ਸ਼ਿਫਟ ਹੋ ਜੀ ਵੱਜਦੀ ਹੈ ਜ਼ੋਨ ਦੀ, ਨੋ ਵਨ ਇਜ਼ ਦੇਅਰ। ਡੀਸੀ ਚੀਮਾ ਨੂੰ ਸਨਾਈਪ ਕੀਤਾ ਗਿਆ ਹੈ ਜੀ ਸੋਲ ਰੇਡੀਏਟਰ ਵੱਲੋਂ। ਟਾਕੂ ਗਰਲਵ ਨੂੰ ਨੌਕ ਕੀਤਾ ਗਿਆ। ਦੇਖੀਏ ਕਿੱਦਾਂ ਕਿੱਦਾਂ ਟੀਮ ਦਾ। ਓਕੇ ਟੀਮ ਨੰਬਰ 5 ਹੈਗੀ ਰਾਈਟ ਸਾਈਡ ਤੇ, ਲੈਫਟ ਸਾਈਡ ਤੇ NRA ਗੱਬਰ ਦੀ ਟੀਮ। NRA ਗੱਬਰ ਨੇ ਨੌਕਰ ਦਿੱਤਾ ਗਿਆ ਡੀਸੀ ਨੇ ਦਾ। NRA ਪੰਡਿਤ ਵੀ ਕਾਫੀ ਪਿੱਛੇ ਨੇ ਤੇ ਚੀਮਾ ਕਿੱਥੇ ਦਿਖ ਰਿਹਾ। ਚੀਮਾ ਆਈ ਥਿੰਕ ਰੋਟੇਟ ਮਾਰ ਕੇ ਕਿਤੋਂ ਆਉਣਗੇ, ਨੋਟ ਸ਼ੋਰ। ਗੱਬਰ ਦੇ ਉੱਤੇ ਨੇੜ ਹੋਇਆ ਐਂਡ ਚੀਮੇ ਦੇ ਉੱਤੇ ਨੇੜ ਹੋਇਆ ਰੇਡੀਏਟਰ ਪੰਡਿਤ ਨੂੰ ਨੌਕ ਕਰਨ ਦੀ ਕੋਸ਼ਿਸ਼। ਐਂਡ ਡੀਸੀ ਚੀਮਾ ਦੀ ਬਿਲਕੁਲ 10 ਹਿੱਟ ਪੁਆਇੰਟਸ ਲੱਭਣ ਦੀ ਕੋਸ਼ਿਸ਼। ਓ ਜੀ ਜੀ ਇੱਧਰੋਂ ਵੀ ਫਾਇਰ ਸਾਨੂੰ ਮਿਲ ਰਿਹਾ ਸੀ ਆਪਾਂ ਨੂੰ। ਹਾਂਜੀ ਸੈਣੀ ਭਾਜੀ ਵੀ ਕਿਸੇ ਪਾਸੇ ਫਾਇਰ ਕਰ ਰਹੇ ਸੀ, ਆਪਾਂ ਦੇਖਣ ਨੂੰ ਤਾਂ ਨਹੀਂ ਮਿਲਿਆ। ਸਮਵਨ ਇਜ਼ ਨੌਕਡ, ਆ ਟੀਮ ਦੇ ਵਿੱਚ ਕੋਈ ਨਾ ਕੋਈ ਬੰਦਾ ਤਾਂ ਇਹਨਾਂ ਨੌਕ ਕੀਤਾ ਵੀ ਸੈਣੀ ਭਾਜੀ ਨੇ। ਓਕੇ ਗੱਬਰ ਨੌਕ ਕਰ ਦਿੱਤਾ ਗਿਆ ਸੈਣੀ ਭਾਜੀ ਵੱਲੋਂ। ਐਂਡ ਰਸ਼ ਵੀ ਨਾਲ ਹੀ ਕਲਚ ਕਰ ਦਿੱਤਾ ਗਿਆ। ਗੱਬਰ ਕਾਫੀ ਵਧੀਆ ਗੇਮ ਪਲੇ ਦਿਖਾਉਂਦੇ ਹੋਏ, 17 ਟੀਮ ਕਿਲਸ। ਜੀ ਜੀ ਗਾਇਸ 9 ਕਿਲਸ। ਚੀਮਾ ਫਿਨਿਸ਼ ਕਰ ਦਿੱਤਾ ਗਿਆ। ਟੈਮ ਬੋਈ ਇੱਕ ਦੋ ਹੋ ਗਿਆ, ਵੀ ਮਿਸਡ ਇਟ ਸਮਵੇਅਰ। ਕਾਫੀ ਘੱਟ ਟੀਮਾਂ ਰਹਿ ਚੁੱਕੀਆਂ, ਸੋ 6 ਟੀਮਸ ਅਲਾਈਵ ਓਨਲੀ। AK-47 ਦੀ ਟੀਮ ਦੇਖਣ ਨੂੰ ਮਿਲੀ ਆ, ਹਿਟਲਰ, ਓਪੀ, ਗਲਿਟਜ਼, ਅਨਮੋਲ, ਸੰਦੀਪ ਬਰਾੜ। ਐਂਡ NRA ਗੱਬਰ ਦੀ ਟੀਮ ਦੇ ਵਿੱਚ 2 ਹੀ ਬੰਦੇ ਅਲਾਈਵ ਨੇ, ਜਿਨ੍ਹਾਂ ਦੇ ਇੱਕ ਗੱਬਰ 9 ਕਿਲਸ ਐਂਡ ਪੰਡਿਤ 7 ਕਿਲਸ ਦੇ ਨਾਲ। RPG ਦੀ ਟੀਮ 0 ਕਿਲਸ ਦੇ ਨਾਲ ਬੈਠੀ ਆ। NRA ਪ੍ਰੀਤ ਦੀ ਟੀਮ 0 ਕਿਲਸ ਦੇ ਨਾਲ ਬੈਠੀ ਆ। ਫਨੈਟਿਕ ਦੀ ਟੀਮ 0 ਕਿਲਸ, NRA ਚੰਦ ਐਂਡ ਸੈਣੀ ਭਾਜੀ ਆਈ ਥਿੰਕ ਕੰਪਾਊਂਡ ਹੋਲਡ ਕਰਕੇ ਬੈਠੇ ਨੇ ਜ਼ੋਨ ਦੇ ਵਿੱਚ ਦਾ। ਹਾਂਜੀ ਟੀਮ ਨੰਬਰ ਟੀਮਸ ਸਾਰੀਆਂ ਮੂਵ ਕਰ ਚੁੱਕੀਆਂ ਜ਼ੋਨ ਦੇ ਅੰਦਰ, ਆਪਾਂ ਦੇਖਦੇ ਹਾਂ। NRA ਗੱਬਰ ਦੀ ਟੀਮ ਬਸ ਜਾ ਰਹੀ ਹੈ ਟੀਮ ਦੇ ਵਿੱਚ। ਹਿਟਲਰ OP ਨੇ RPG ਨੂੰ ਨੌਕ ਕਰ ਦਿੱਤਾ ਗਿਆ। ਆਪਾਂ ਸਪੈਕਟੇਟ ਕਰਦੇ ਹਾਂ ਇਹ ਗੇਮ ਹੋਏ, ਸਪੈਕਟੇਟ ਕਿਉਂ ਨਹੀਂ ਹੋ ਰਹੀ। ਓਕੇ ਕਾਫੀ ਵਧੀਆ ਸਪਰੇ RPG ਸਾਹਿਬ ਵੱਲੋਂ, ਸੰਦੀਪ ਬਰਾੜ ਨੂੰ ਨੌਕ ਕਰ ਦਿੱਤਾ। ਹਿਟਲਰ OP ਵੱਲੋਂ ਇੱਕ ਹੋਰ ਬਹੁਤ ਵਧੀਆ ਓਮ ਦਾ ਸਨਾਈਪ, RPG ਡੈਵਲ ਨੂੰ ਨੌਕ ਕਰ ਦਿੱਤਾ ਗਿਆ। RPG ਸਾਹਿਬ ਬਚੇ ਨੇ ਆਈ ਥਿੰਕ ਇੱਧਰ, ਯਾ RPG ਸਾਹਿਬ ਇਸ ਦਾ ਓਨਲੀ ਗਾਏ ਲੈਫਟ। ਉੱਧਰ ਲੈਫਟ ਸਾਈਡ ਤੇ ਵੀ ਫਾਈਟ ਚੱਲ ਰਹੀ ਹੈ NRA ਗੱਬਰ ਐਂਡ NRA ਪੰਡਿਤ ਐਂਡ NRA ਟੀਮ ਦੀ। RPG ਦੀ ਟੀਮ ਦੇ ਵਿੱਚ ਓਨਲੀ 1 ਗਾਏ, RPG ਡੈਵਲ। ਓਕੇ ਸੋ NRI ਦੀ ਟੀਮ ਖੇਲ ਚੋਰੀ ਕਰਕੇ ਜਾ ਚੁੱਕੀ ਹੈ ਉਹਨਾਂ ਦੇ। ਡੈਮ ਬੋਈ ਹਾਰਡ ਲੱਕ। ਟੀਮ ਨੰਬਰ 14 ਦਾ ਸੈਂਡਵਿਚ ਬਣ ਸਕਦਾ ਇਹ, ਫਿਲਹਾਲ ਤਾਂ RPG ਸਾਫ ਦਾ ਸੈਂਡਵਿਚ ਬਣਿਆ ਹੋਇਆ। ਲੈਫਟ ਤੋਂ ਸਮੋਕ ਕੀਤੀ ਹੋਈ ਹੈ, ਗੱਬੇ ਕਾਰ ਫਟਾ ਕੇ ਉਹਦਾ ਕਵਰ ਲਿਆ ਹੋਇਆ। ਐਂਡ ਟੀਮ ਨੰਬਰ 1 ਸਪਰੇ ਦੇ ਰਹੀ ਹੈ। ਉੱਧਰ ਦੇਖੀਏ ਤਾਂ NRI ਗੱਬਰ ਨੇ NRI ਪ੍ਰੀਤ ਨੂੰ ਨੌਕ ਐਂਡ ਫਿਨਿਸ਼ ਕਰ ਦਿੱਤਾ ਗਿਆ। ਉੱਧਰ ਦੇਖੀਏ ਗੇਮ ਚੇਂਜਰਸ ਪੀਕ ਲੈ ਕੇ ਬੈਠੇ ਨੇ,
किसी ना किसी का दाहिना रह गया, पत्नी अपनी हेल्थ ला चुकी है, ला चुकी है सॉरी चुकी है, ऊपर फिर तो फाइट हो रही है। आई थिंक कोई कैजुअल्टी नहीं देखने को मिली। सो 2v3 ओके, गप्पन नु स्नाइप कर दता गया गेम चेंजेस वालों, पहले पीक लगा बैठे थे पंडित काफी लेफ्ट नु फॉल बैक करने की कोशिश, एंड आई थिंक इतने कुछ ना कुछ तो होगा। ओके डाकू को 11 तो बच चुके ने, दैट मीन्स दे आर प्रीटी सेफ नाउ सीम्स लाइक, बट एनआरआई पन्नू नेड़ खिंच के जा रहे ने, नेड़ होगा इतने एंड विल गेट टू सी अ फिनिश। नो काफी हार्ड लक, नेड़ टप गया उत्ते नु, नेड़ एक होर आ रहा पुल ऑफ कर रहे ने नेड़, आई थिंक इतने जाओगे पन्नू नहीं भी नॉक होगे, पंडित ने नॉक कर दिया इन्हें पंडू, एंड वी कैन सी चीमा एंड चीमे नू किने नेड़ करता। एनआरआई पन्नू ने अपने ही टीममेट नेड करता, डैम बॉय सो हार्ड, दे कुड हैव पुल्ड दिस ऑफ, बट जीजी गाइस पंडित टीम किल्स 20 हो चुके ने, काफी वधिया टीम खेल रही है। सुख ने एक नॉक कटिया हुनी डीपी दे नाल, सुख नु देखिया परस्पेक्टेड करिए तां बहुत दूर दी मार मार रहे है, और मेगा जतन नु नॉक किया गया। टीम नंबर 14 भी इतने फाइट ले रही है, हिटलर ओपी ने जस्ट किसी नु स्नाइप किया ओमेगा ओपी नु, एंड दिस टीम इज सैंडविच्ड व्हाटएवर, सॉरी मैनू अंग्रेजी मेरी माड़ी जी पीका हुंदा इदां। आरपीजी साहब ने अपना रिवेंज ले लिया, बराड नु नॉक करके पाबे दी गन सिंगल ते सी, सो बैड लक। जी जी ब्रो जी जी बहुत वधिया। सोही नु देख रहे हैं, सोही भी काफी वधिया स्प्रे हार्ड स्प्रे दंदा मुंडा, लेफ्ट से देख रहे हैं एसएचओ एसएसपी डीसी, यार आप बंदे ना पढ़ के गाना ही ज्यादा आंदा सदे, और स्प्रे हो रही है बाबे इन्नी दूर उन्होंने घा नहीं दिखना, दे आर सो फार उन्होंने घा नहीं दिखना, दे कैन नॉक यू गाइस, एंड लेफ्ट तो अनमोल होनी आ चुके, एनआरआई गब्बर नु नॉक कर दिता गया है, एंड फिनिश भी शायद टीम नंबर 14 जी जी गाइस, हाँ एनआरआई गब्बर नु फिनिश कर दिता गया, 11 किल्स सी एनआरआई गब्बर दे, एनआरआई सुख नु किल आ चुका है हिटलर ओपी, थर्ड पार्टी काफी वधिया हो चुकी है, 3 टीम्स अलाइव, एक एनआरआई पंडित है अकला ते टीम नंबर 14 एंड टीम नंबर 1, एनआरआई पंडित जे थोड़ा चलाकी मतलब स्नीकिंग वगैरह करन ता आई थिंक नेड़ करके उन्होंने लेके जा सकते हैं, बट काफी दूर है नेड़ करने के लिए, हौली हौली एदी मूव करते रहन के आई थिंक उन्होंने वाल इतने रॉक तक आ जाए तो गुड कवर हो जाना। टीम नंबर 1 भी काफी वधिया, काफी वधिया प्लेयर्स एंड गड्डी फटा के अपने लिए कवर बनाते हुए, सोन्स काफी ने सॉरी स्मोक्स काफी ने टीम्स दे कोल, वधिया स्प्रेज देखने को मिली हैं इधरों, अनमोल ने ऑग लैके बैठे ने एंड हील कर रहे ने खुद नू, नेड्स आ रहे ने इन्हां दे उत्ते, टीम नंबर 1 भी इन्हां वाला हौली हौली स्मोक करके मूव कर रही है, लेफ्ट नू मूव कर रहे ने हिटलर ओपी, आई थिंक पंडित होल्ड करके बैठेंगे काफी टाइम तक, एंड दे कैन गेट हिटलर ओपी, दे कुड हैव गॉट हिटलर ओपी, बट एनआरआई गब्बर दा एंड एनआरआई पंडित दा एंड देखने को मिल गया, बिकॉज काफी स्टक हो चुके थे, दे डिडंट हैड गुड पोजीशन, दो 1v1 देखने को मिल रहा, टीम नंबर 4v4, दिस इज एक्चुअली द टीम वर्सेस टीम, देखते हैं। एनआरआई सैनी दे बॉडी शॉट काफी वधिया आर्म दा शॉट मारिया एनआरआई सैनी जी दे, 10 हिट पॉइंट लिटरली ले चुके ने, एनआरआई सुख सिंगल गन करके शॉट्स लैन की ट्राई कर रहे ने, हिटलर ओपी ने सैनी भाजी नॉक कर दिता गया एंड रॉक का कवर लैन ली, बिकॉज जोन दे विच नहीं चल, जोन दे विच मूव कर रहे ने, 8v80 चल रहा, AK-47 भी बहुत वधिया टीम खेली है, 11 किल्स कट चुके ने टीम, एंड सुख भाजी देखिए सुख ने सैनी नू रिवाइव कर दिता गया अगेन 4v4 स्टाइल, सो ही ओपन दे विच काफी डिप जी दे विच लंबे पए ने, गुड कवर टॉप तो भी, एंड लेफ्ट दे देखने नू आपां ने एनआरआई पब्ली मिल रहे ने, काफी वधिया टीम खिलर के खेल रही है, बट की कहते होंगे वह शॉट्स मार ली वह बहुत थावा, सॉरी हिटलर ओपी की गलती, ओपन दे विच जा
चले गए एंड सोही ने अपनी स्प्रे का कमाल दिखाया। एक बंदा अगेन नॉक होया, सुख नॉक हो सके, बट हुन ओम दा कोई डर नहीं बिकॉज हिटलर ओपी नू फिनिश कर दिता गया। AK-47 ग्लिट्स काफी लागे आ रहे ने लेफ्ट दे एंड बबली नू भी पता है कि उना दे टॉप ते ही ने AK-47 ग्लिट्स एंड ग्लिट्स वालों एनआरएच सुख दे स्प्रे एनआरएच सुख नू दोबारा नॉक कर दिता गया एंड AK-47 ग्लिट्स नू एनआरएच बबली वालों शायद उन्होंने नहीं सी पता कि उन्होंने थली एनआरएच बबली लम्बे पे ने अनमोल ओपन दे दौड़े जा रहे थे एंड सोही ने अपनी स्प्रे का कमाल दबाया। संदीप बराड़ इज द ओनली गाय स्टैंडिंग 4v1 हो चुका एंड बरीक जहा दरख्त दे पिछे सो लॉन्ग ब्रदर बबली तेरे राइट ते एंड वी गॉट टू सी द एंड ऑफ इट। बहुत वधिया प्रदर्शन टीम्स वालों एनआरआई सैनी भाजी की टीम दे 6 टीम किल्स देखे आप एंड संदीप बराड़ वालों हिटलर ओपी काफी वधिया स्नाइपर टीम किल्स ने इन्हों 11 जीजी गाइस। थर्ड पोजिशन एनआरआई गब्बर की टीम जो टीम किल्स 20 जीजी बॉयज बहुत वधिया खेडे एंड काफी बाकी वधिया टीम्स 0-0 किल्स टीम नंबर 4 आई डोंट रिमेंबर फनैटिक वाली टीम कह दें आरपीजे टीम 0 किल्स एंड पन्नू की टीम 0 किल्स। पीबी 23 हंटर वालों भी बहुत वधिया प्रदर्शन 3 किल्स एंड डीसी चीमा दे 2 किल्स। बाकी कुछ खास देखने नहीं मिले सो आप स्क्रीनशॉट ले लें इनकेस सांबा नीड्स इट। ओके समथिंग जस्ट हैपेंड विद माय इंटरनेट बट आई थिंक ठीक है इंटरनेट लैग हुआ सी एंड विल गेट बैक टू सेकेंड रूम हुनी थोड़े सेकंड्स विच मैं हुनी रूम बनाउना एंड वी विल सी द रूम नाउ रूम कार्ड एंड विल यूज द रूम कार्ड। ओके एंड रूम पासवर्ड विल अगेन बी यो बट छोटे अक्षरांच स्क्वाड एंगल एंड आई एम बैक इन द स्पेक्टेटर मोड। रूम आईडी एंड पासवर्ड तानू आजूगा हुनी आई डोंट नो कौन स्पेक्टेट कौन सेंड करूगा 776-2631 सो रूम आईडी पासवर्ड मैं शेयर कर दिता या ग्रुप दे विच जो कि एनआरआई सांबा ने बनाया सी आई थिंक जस्ट टू कन्फर्म जेडे बंदे देख रहे हैं मेरी आवाज आ रही है टाइप प्लीज मैं भी बोली है मैं पागल हूं लास्ट टाइम इदा हो गया सी स्ट्रीम दे विच मेरी आवाज जानो हट गई सी आई डोंट नो गाइस बताओ पतंत्रो दस दो पांच लोग पाचिंग है चलो कोई ना जेडे बंदिया ने नहीं सब किया प्लीज सब कर दो काफी वधिया पाचिंग आ रही थी एंड आई हैव शेयर द आईडी एंड पासवर्ड विद द टीम्स आई नो बनाना सी कि नहीं टीम्स वालों टीम्स नो वेलकम हार्दिक वेलकम एनआरआई पड्डा आपां देखण नूं नहीं मिले इस मैच विच। ओके आ थैंक यू पाजी नवतेज पन्नू लास्ट टीम्स विच वैसे काफी वधिया गेम प्ले देखण नूं मिलिया टीम्स वल्लों एनआरआई कप्पर काफी वधिया क्लच करके खेल रहे सीगे एंड सोही ने काफी वधिया अपनी स्प्रे दिखाई स्कार एल दी एंड ते मतलब काफी वधिया नॉक्स कट रहे सी ओह एंड हिटलर ओपी जीजी बॉय बहुत वधिया भाजी ने खेडिया जी हिटलर ओपी ने काफी वधिया ऑम दे स्नाइप्स रनिंग शॉट्स मार रहे थे बहुत वधिया 6 किल्स कड्डे एंड केडी टीम सी पीबी 33 वाला समथिंग लाइक दैट आई फॉरगॉट नेम सॉरी भाजी पर उन्होंने भी काफी वधिया उदो टीम किल कड्डिया जदों आरपीजी बब्बू मान दी टीम नू मारिया सी काफी वधिया गेम प्ले
ਸਾਰੀਆਂ ਟੀਮਸ ਵੱਲੋਂ। ਰੂਮ ਆਈਡੀ ਪਾਸਵਰਡ ਮੈਂ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੱਤਾ। ਇਫ ਲੈਟ ਮੀ ਕਨਫਰਮ, ਜੇ ਰੂਮ ਬਣਾਉਣਾ ਸੀ ਹੋਰ ਤਾਂ is something wrong with my internet? Why is no one coming? ਕਾਫੀ ਲੋਕਾਂ ਨੇ ਰੀਡ ਤਾਂ ਕਰ ਰਿਹਾ ਬਟ ਦੇ ਹੈਵਨਟ ਕਮ ਹੇਅਰ। I can't see anyone yet. Backbencher pichli baar main spectator de vich baithe sige because they know I think oh chal gaye paaji todi team ch who did go ਦੇਖਦੇ ਆ। 5 ਪੀਪਲ ਵਾਚਿੰਗ ਬਟ ਨੋ ਵਨ ਇਜ਼ ਕਮਿੰਗ ਟੂ ਦ ਰੂਮ। ਬਣਾਉਣਾ ਵੀ ਸੀ ਕਿ ਕਿਵੇਂ ਸੀ? ਆਈ ਡੋਂਟ ਹੈਵ ਐਨੀ ਆਈਡੀਆ। ਬੀਸਟ ਐਨ ਆਰ ਆਈ ਚੋਬਰ ਸੀਗੇ ਪਿਛਲੀ ਵਾਰ ਟੀਮ 'ਚ? ਨੋ ਐਂਡ ਨਹੀਂ ਨਹੀਂ ਮਤਲਬ ਹੋਰ ਨਹੀਂ ਸੀ ਬਣਾਉਣਾ। अच्छा सॉरी ओ सॉरी नेवर माइंड दिस इज फन रूम गाइस आ जाओ। एक ही बनाना सी जो उदा बना तू दस दे। चलो हुण बन चुका है रूम। ਡਾਕੂਆਂ ਦਾ ਮੁੰਡਾ ਭਾਜੀ ਕਾਫੀ ਮਕਰ ਰਹੇ ਸੀ ਆਈ ਡੀ ਪਾਸ ਭਾਜੀ ਆ ਜਾਓ। ਦਿਸ ਇਜ਼ ਦ ਫਨ ਰੂਮ। ਯਾ ਗਾਈਸ ਦਿਸ ਇਜ਼ ਫਰੈਂਡਲੀ ਰੂਮ ਆ ਜਾਓ ਜਲਦੀ ਫਨ ਰੂਮ ਆ ਜਾਓ। मैं आईडी पास भूल गया। वेट आई विल जस्ट कॉपी दिस फ्रॉम हियर। सॉरी चलो 5 मिनट वेट करते हैं देखते हैं जो कोई आता तन ठीक है नहीं तो आप रूम डिसमेंटल कर देंगे लाइव एंड कर देंगे। मैंने पता नहीं सी एक ही रूम बनाना। सॉरी नो प्रॉब्लम। ਮਾਫੀਆ ਜੱਟ ਆ ਚੁੱਕੇ ਨੇ ਫਨ ਰੂਮ। ਓਕੇ ਸੋ TDM ਦੀ ਰਿਕੁਐਸਟ ਹੋਈ ਜੇ TDM 1v1 ਲਵਾਉਣਾ ਤਾਂ ਉਹ ਵੀ ਆਪਾਂ ਕਰ ਸਕਦੇ ਹਾਂ। 5 ਮਿੰਟਸ ਦੀ ਵੇਟ ਕਰਾਂਗੇ। ਸੋ ਮੇਰੇ 9:31 ਹੋਏ ਆਪਾਂ 9:35 ਤੱਕ ਵੇਟ ਕਰਨਾ ਜੇ ਕੋਈ ਹੈਗਾ। TDM ਦੀ ਰਿਕੁਐਸਟ ਆਈ ਆ TDM ਲਾ ਲੈਂਦੇ ਬ੍ਰੋ। ਆ ਜਾਓ ਭਾਜੀ। ਓਕੇ ਮਾਫੀਆ ਜੱਟ ਕਹਿੰਦਾ ਕਿ ਮੇਰੇ ਨਾਲ ਆ ਜਾਓ
TDM 1v1 TDM ਕਿਹੜਾ ਹੁੰਦਾ ਓਕੇ ਚਲੋ M24 ਓਨਲੀ ਦੀ ਰਿਕੁਐਸਟ ਆਈ ਹੈ ਸੋ ਆਪਾਂ M24 ਓਨਲੀ ਲੈ ਲੈਂਦੇ ਇੱਕ ਐਂਡ ਦੈਨ ਵੀਲ ਐਂਡ ਦਾ ਸਟ੍ਰੀਮ ਹੇਅਰ ਦੇਖਣਾ ਤਾਂ ਦੇਖ ਲਓ ਤਾਂ ਤੁਹਾਡੀ ਮਰਜ਼ੀ ਲੋਲ ਆਈ ਸਟਾਰਟਡ ਦਾ ਮੈਚ ਜੇ ਮੈਂ ਪੁੱਠਾ ਕਰਾਂ ਪੁੱਠਾ ਤਾਂ ਨਾ ਹੋ ਜੂ Okay, we have team match. Yes. Let's go. Sorry, I have coffee. Hanji? Nahi nahi rehne do. Ji le do. Thank you. ਜਰੂਰ ਜਰੂਰ ਨਹੀਂ ਨਹੀਂ ਹੁਣ ਤਾਂ ਨਹੀਂ ਹੁਣ ਮੈਂ ਕਾਫੀ ਪੀਣੀ ਕਾਫੀ ਵਧੀਆ ਸਨਾਈਪਸ ਮੇਰੇ ਵੱਲੋਂ ਬੇਕਾਰ ਸੋਰੀ ਬੇਕਾਰ ਕਹਿਣਾ ਸੀ ਕਾਫੀ ਲੇਟ ਮਰਿਆ ਪਤੰਦਰ ਹੋਏ ਆਈ ਐਮ ਸੋਰੀ ਯਾਰ ਪੁੱਠਾ ਦੇਖਣਾ ਪੈਣਾ ਤੁਹਾਨੂੰ ਪੁੱਠਾ ਗੱਲ ਹੋ ਡਿਵਾਈਸ ਮੇਰਾ ਆਈਪੈਡ ਮੈਨੂੰ ਪੁੱਠਾ ਫੜਨਾ ਪੈਣਾ ਜੇ ਮੈਂ ਸਹੀ ਖੇਡਣਾ ਤਾਂ ਥੋੜ੍ਹਾ ਜਿਹਾ ਵੀ ਓਏ ਲੈਗ ਕਰ ਰਿਹਾ ਕਿਵੇਂ ਲੈਗ ਕਰ ਰਿਹਾ ਸੀ ਜੀ ਜੀ ਵੈਸੇ ਮੈਂ ਬਹੁਤ ਬੁਰਾ ਆਇਆ ਇੱਦਾਂ ਖੇਡਣ ਦੇ ਵਿੱਚ ਪਤੰਦਰ ਉੱਤੇ ਬੈਠਾ ਟੀਪੀ ਵੀ ਲੈ ਕੇ ਐਨਮੀ ਡਾਊਨ ਉਹ ਰੋਟੇਟ ਜਾ ਮਾਰ ਸਲਾਈਡ ਹਾਂ ਆਈ ਥਿੰਕ ਮੈਂ ਇਹ ਲੈਗ ਕਰ ਰਿਹਾ ਓਏ ਕਾਫੀ ਵਧੀਆ ਖੇਡ ਰਿਹਾ ਓਏ ਪਤੰਦਰ ਮੈਂ ਤਾਂ ਫਸ ਗਿਆ ਪੰਗਾ ਲੈ ਕੇ ਔਲ ਤੇ ਕਰ ਲਈਏ ਸੱਚ ਅੰਨਾ ਵੀ ਗੱਲ ਕਰਾਂਗੇ ਨਾਈਸ ਸ਼ਾਟ ਚੱਲ ਓਏ ਆਦਾ ਕਵਰ ਮੀ ਯਾ ਮੇਰੇ ਵੀ ਤੁੱਕੇ ਲੱਗਦੇ ਆ ਕਿਤੇ ਕਿਤੇ ਓਏ ਇਹ ਤਾਂ ਮੇਰੇ ਪਿੱਛੇ ਬੈਠਦਾ ਔਰ ਇਹ ਪੱਟ ਸੇ ਹੈਡ ਸ਼ਾਟ ਸਾਰੀ ਸਟ੍ਰੀਮ ਪੁੱਠੀ ਚੱਲ ਰਹੀ ਹੈ ਜੀ ਜੀ ਓਏ ਕਾਫੀ ਵਧੀਆ ਸ਼ਾਟ ਲੈਣ ਦੀ ਟਰਾਈ ਮਿਡ ਏਅਰ ਐਕਸਪਾਇਰਡ ਕਵਰ ਮੀ ਆਪਾਂ ਟੀਪੀ ਵੀ ਲੈ ਕੇ ਨਹੀਂ ਖੇਡਣਾ ਬਸ ਇੰਨਾ ਹੀ ਆ ਵਾਓ ਦੈਟ ਵਾਜ਼ ਅ ਨਾਈਸ ਸ਼ਾਟ ਕਹਿਣਾ ਪੈਣਾ ਸਟ੍ਰੀਮ ਨੂੰ ਕੀ ਹੋ ਗਿਆ ਸਰ ਹੈਲੋ ਕਿੱਦਾਂ ਉਹ ਸਰ ਜੀ ਮੈਂ ਇਹਨੂੰ ਆਈਪੈਡ ਰੋਟੇਟ ਕੀਤਾ ਤੇ ਉਹ ਸਾਲਾ ਇੱਦਾਂ ਹੋ ਗਿਆ
ਮੈਨੂੰ ਹੁਣ ਉਹ ਦੂਜੇ ਪਾਸੇ ਹੈੱਡਫੋਨ ਫੇਰ ਉਂਗਲੀ 'ਚ ਫਸਦੇ ਕਰਕੇ ਤਾਂ ਕਰਕੇ ਹੋਇਆ। ਇਹਦਾ ਵੀ ਇਲਾਜ ਲੱਭਦੇ ਕੋਈ ਨਾ, ਉਹ ਸਟ੍ਰੀਮ ਪੁੱਠੀ ਨਹੀਂ ਹੋਣੀ ਚਾਹੀਦੀ ਵੈਸੇ ਇੱਦਾਂ। ਉਹ ਮੈਨੂੰ ਪਤਾ ਨਹੀਂ ਸੀ ਕਿ ਸਟ੍ਰੀਮ ਜਿੱਦਾਂ ਜਿਸ ਡਾਇਰੈਕਸ਼ਨ ਦੇ ਵਿੱਚ ਸਟਾਰਟ ਕਰੋ ਸਾਰੀ ਉਸੇ ਦੇ ਵਿੱਚ ਰਹਿੰਦੀ, ਨਹੀਂ ਤਾਂ ਮੈਂ ਸਹੀ 'ਚ ਕਰਨੀ ਸੀ। ਓਏ ਕਾਫੀ ਵਧੀਆ ਸ਼ਾਟ ਹੋਏ ਪਤੰਦਰ ਵੱਲੋਂ ਪਿਆ ਪੌੜੀਏ ਤੇ। ਰੀਲੋਡਿੰਗ ਗੁਰਜੀਤ ਸਿੰਘ ਜੀ। Half of the match is over and the blue team is in the lead. No mercy. Cover me. ਜੀ ਜੀ ਵਧੀਆ ਕਰ ਰਹੇ ਆ ਓਏ, ਮੇਰੇ ਤੇ ਤੁੱਕੇ ਲੱਗ ਰਹੇ ਆ। ਜੇ ਯਾਰ ਹੁੰਦਾ ਫਿਰ ਮੈਂ ਪੱਕਾ ਮਰਨਾ ਸੀ ਯਾਰ ਵਾਰੀ। ਆਵਾਜ਼ ਨੂੰ ਕੀ ਹੋ ਗਿਆ ਬਾਈ, ਆਵਾਜ਼ ਨਹੀਂ ਆ ਰਹੀ। ਵੇਟ ਲਿਖ ਦੋ ਭਾਜੀ ਏਦੀ, ਜੇ ਆਵਾਜ਼ ਨਹੀਂ ਆ ਰਹੀ ਤਾਂ ਪਰ ਭੈਣ ਚ ਪਤਾ ਕਰਦਾ ਲੱਗੂ ਤੁਹਾਨੂੰ ਆਵਾਜ਼ ਨਹੀਂ ਆ ਰਹੀ। ਆਵਾਜ਼ ਆ ਰਹੀ ਆ, ਓਕੇ। ਯਾਰ ਮੈਂ ਵੈਸੇ ਤਾਂ ਜੇ ਸਾਂਬਾ ਦਾ ਕੰਕਰਰ ਲਾ ਰਿਹਾ ਉਹੀ ਕਰਿਆ ਕਰਨਗੇ ਆਹ ਸਟ੍ਰੀਮ, ਬਟ ਜੇ ਕੱਲ੍ਹ ਵੀ ਕਰਨ ਪਈ ਤਾਂ ਮੈਂ ਮਤਲਬ ਜੇ ਮੈਂ ਕਰਨੀ ਹੋਈ ਤਾਂ ਮੈਂ ਇਲਾਜ ਕਰੂੰਗਾ ਇਹਦਾ। ਓਏ ਪਿਆ ਬਾਡੀ ਸ਼ਾਟ ਭਰਾ ਦੇ, ਮੇਰੇ ਵੀ ਪਿਆ। ਬਾਈ ਤੁਹਾਡੀ ਆਵਾਜ਼ ਬਦਲ ਗਈ ਆ। ਓਏ ਨਹੀਂ ਭਾਜੀ, ਮੈਂ ਹੋਰ ਬੰਦਾ ਆ, ਮੈਂ ਗੁਰੂ ਆ। ਮੇਰੀ ਆਈਡੀ ਵੀ ਦੇਖੋ ਸਟ੍ਰੀਮ ਤੇ। ਸਾਂਬਾ ਅੱਜ ਉਹ ਕੌਨਕਰਰ ਪੁਸ਼ ਕਰ ਰਹੇ ਨੇ ਤੇ ਸ਼ਾਇਦ ਉਹਨਾਂ ਦਾ ਅੱਜ ਲੱਗ ਹੀ ਜਾਵੇ ਕੌਨਕਰਰ, ਤੇ ਮੈਂ ਗੁਰੂ ਆ, ਮੈਂ ਸਟ੍ਰੀਮ ਕਰ ਰਿਹਾ ਅੱਜ। ਸਮਵਨ ਐਲਸ ਇਜ਼ ਸਟ੍ਰੀਮਿੰਗ from his channel. Kill. Reloading. ਹੁੰਦਾ ਹੁੰਦਾ ਕੋਈ ਨਾ। ਭੈਣ ਚੋ ਘੁੰਮਿਆ ਨੀ ਇੰਨਾ, ਗਾਇਰੋ ਇੰਨਾ ਤੇਜ ਵੀ ਨੀ ਗਾ। ਕੀ ਬ੍ਰੋ? ਹਾਂਜੀ ਭਾਜੀ, ਨੋ ਮਰਸੀ, ਰੀਲੋਡਿੰਗ। ਜੀ 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 ਵੈਲ ਪਲੇਡ ਯਾਰ, ਆਪ ਵਧੀਆ ਅਸਲੀ ਮਤਲਬ ਸਿੱਧੀ ਸਟ੍ਰੀਮ ਤੇ ਹੁੰਦਾ ਤਾਂ ਬਹੁਤ ਵਧੀਆ ਲੱਗਣਾ ਸੀ। Cover me. Level 3 gear ਬਚਾ ਰਿਹਾ ਬਸ ਮੈਨੂੰ। ਓਏ target down. ਮਾਫੀਆ ਜੱਟ ਕਹਿੰਦਾ ਹੁਣ ਇਹ ਸਾਲਾ ਹੈਕ ਹੂਕ ਯੂਜ਼ ਕਰਦਾ। ਗੁਰੂ ਜੀ ਤਾਂ ਕਾਫੀ ਵਧੀਆ ਗੇਮ ਪਲੇ, ਜੋ ਕਿ ਉਹ ਖੁਦ ਨਹੀਂ ਬਿਲੀਵ ਕਰ ਰਹੇ। ਉਹ ਸਾਲੇ ਦੋ ਦੋ ਹੈਲਮਟ ਚੱਕ ਕੇ ਕੀ ਕਰਾਂ ਮੈਂ, ਇੱਥੇ ਕੋਈ ਨਵੀਂ ਚੀਜ਼ ਲੈ ਕੇ ਆਓ, ਮੈਨੂੰ ਵੈਸੇ ਚਾਹੀਦੀ। ਉੱਧਰ ਆ ਭਾਜੀ,
I don't know why did I switch the gun. Oh, बहुत हो रही है स्ट्रीक चल रही थी मेरी. जी 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 वेल प्लेड. The blue team is in the lead. जी जी. The red team doesn't have a lot of time left. घर में घुस के मारेंगे. वो फायर नहीं हो रहा. अब क्या हो गया यार, वो दौड़ नहीं सही रहा. तेरा बंदा क्लिच हो गई. और ये गुरुजी जीते हुए 21 किल के साथ. Yeah, I'm insane. Signature देख लो मेरा. Well played पाजी, well played. एक होर bro, bro आपा ला लेने, मैं stream end कर देना, then आपा ला लेने हैं. पाजी कहंदा एक होर. So, thank you for tuning in the stream. जे तुसी सब नहीं कीता ता सब कर दो. पाजी दा channel आपा इदी आप लेके जाना. ते मैं stream end करता हैं and then I'll play a room with him.